ਬਈ ਮੈਂ ਨਾ ਕੈਨੇਡਾ ਚੱਲਿਆ ਸੀ ਫਲਾਈਟ ਲੈ ਕੇ ਜੀ ਸਿੱਧੂ ਦਾ ਗਾਣਾ ਆਇਆ ਸੀ ਜੀ ਵੈਗਨ ਜੀ ਪਹਿਲਾ ਗਾਣਾ ਪਹਿਲਾ ਗਾਣਾ ਮੈਂ ਦਿੱਲੀ ਏਅਰਪੋਰਟ 'ਤੇ ਉਹ ਗਾਣਾ ਸੁਣਿਆ ਚੰਗੀ ਤਰ੍ਹਾਂ ਤਾਰਾਂ ਵਾਲੇ ਹੈੱਡਫੋਨ ਹੁੰਦੇ ਸੀ ਉਦੋਂ ਮੈਂ ਲਾ ਕੇ ਸੁਣਿਆ ਮੇਰੇ ਗਾਣੇ ਕਾਫੀ ਆ ਚੁੱਕੇ ਸੀ ਉਦੋਂ ਅਤੇ ਮੈਂ ਕਿਹਾ ਯਾਰ ਕੁਛ ਤਾਂ ਹੈ ਨਵਾਂ ਇੱਕੋ ਹੀ ਗਾਣਾ ਮੈਂ 8-10 ਵਾਰੀ ਸੁਣਿਆ ਮੇਰੀ ਸਟੇਅ ਸੀਗੀ ਮੈਨੂੰ ਲੱਗਦਾ ਪਤਾ ਨਹੀਂ ਐਮਸਟਰਡੈਮ ਸੀਗੀ ਫਰੈਂਕਫਰਟ ਸੀ ਉੱਥੇ ਵੀ ਮੈਂ ਸੁਣਿਆ ਗਾਣਾ ਮੈਂ ਦੀਪ ਜੰਡੂ ਕੋਲ ਗਿਆ ਦੀਪ ਜੰਡੂ ਨਾਲ ਮੇਰਾ ਪਿਆਰ ਸੀਗਾ ਸਿੱਧੂ ਹੋਣਾ ਦਾ ਵੀ ਪਹਿਲਾ ਗਾਣਾ ਉਹਨਾਂ ਨੇ ਕੀਤਾ ਸੀ ਉਹ ਪੁੱਛਿਆ ਵੀ ਮੈਂ ਕਿਹਾ ਯਾਰ ਇਹ ਮੁੰਡਾ ਕੌਣ ਆ ਕਹਿੰਦੇ ਵੀ ਇਹ ਸਿੱਧੂ ਸਿੱਧੂ ਮੂਸੇਵਾਲਾ ਵੀ ਇਹ ਨਹੀਂ ਮੇਰਾ ਗਾਣਾ ਲਿਖਿਆ ਆ ਗਿਆ ਨਹੀਂ ਉਹੀ ਬਿਲੋ ਟਾਇਮ ਉਸੇ ਦਿਨ ਸ਼ਾਮ ਨੂੰ ਸਾਡੀ ਗੱਡੀਆਂ 2-3 ਗੱਡੀਆਂ ਸੀਗੀਆਂ ਅਤੇ ਐਂ ਚੱਕਰ ਲਾ ਕੇ ਜਦੋਂ ਲੰਘੀਆਂ ਤਾਂ ਇੱਕ ਬੰਦਾ ਮੈਂ ਦੇਖਿਆ ਖੜਾ ਉਹਦੇ ਕਿੱਟ ਬੈਗ ਪਾਇਆ ਪਿੱਠੂ ਬੈਗ ਜਿਹਨੂੰ ਕਹਿ ਦਿੰਦੇ ਮੇਰੇ ਕੰਨੀ ਉਹਦੀ ਪਿੱਠ ਆ ਅਤੇ ਐਂ ਜੇ ਕਰਾ ਖੜਾ ਮਤਲਬ ਕਿਸੇ ਨਾਲ ਗੱਲ ਕਰ ਰਿਹਾ ਪਤਾ ਨਹੀਂ ਇਕੱਲਾ ਹੀ ਖੜਾ ਮੈਨੂੰ ਜਿਹੜਾ ਦ੍ਰਿਸ਼ ਯਾਦ ਸੀਗਾ ਮੈਂ ਕਿਹਾ ਯਾਰ ਸਿੱਧੂ ਨਹੀਂ ਖੜਾ ਨਾਲ ਮੁੰਡੇ ਨੂੰ ਕਿਹਾ ਕਹਿੰਦੇ ਹਾਂ ਸਿੱਧੂ ਮੈਂ ਕਿਹਾ ਯਾਰ ਬਾਈ ਬੁਲਾ ਇਹਨੂੰ ਉਹ ਕਹਿੰਦੇ ਕੀ ਗੱਲ ਕਰਨੀ ਆ ਤੂੰ ਯਾਰ ਆਪਾਂ ਕਿਹੜਾ ਤੂੰ ਕਿਹੜਾ ਜਾਣਦਾ ਮੈਂ ਨਹੀਂ ਇੱਕ ਇਖਲਾਕੀ ਫਰਜ਼ ਵੀ ਹੁੰਦਾ ਆਪਣੇ ਕਲਾਕਾਰ ਦੇ ਨਾਂ 'ਤੇ ਉਹਨੇ ਬੁਲਾਇਆ ਮੈਂ ਸ਼ੀਸ਼ਾ ਡਾਊਨ ਕਰਕੇ ਸਿੱਧੂ ਨੂੰ ਹੱਥ ਮਿਲਾਇਆ ਅਤੇ ਹੁਣ ਮੈਂ ਕਿਹਾ ਮੈਂ ਕਿਹਾ ਵੀਰੇ ਤੂੰ ਬਹੁਤ ਘੰਟ ਲਿਖਦਾ ਬਹੁਤ ਘੰਟ ਗਾਉਣਾ ਖਿੱਚ ਕੇ ਰੱਖ ਦੱਬ ਕੇ ਰੱਖ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚੱਲ ਕੇ ਇੰਨੀ ਗੱਲ ਕਰਕੇ ਮੈਂ ਨਿਕਲ ਗਿਆ ਇੱਕ ਉਹ ਮੀਟਿੰਗ ਜਿਹਦਾ ਇੱਕ ਹੱਥ ਮਿਲਾਇਆ ਇੱਕ ਨੌਜਵਾਨ ਨਵੇਂ ਇੱਕ ਗਾਣੇ ਵਾਲੇ ਸਿੰਗਰ ਨਾਲ ਅਤੇ ਉਹਦੇ ਫੁੱਲ ਵੀ ਮੈਂ ਆਪ ਚੁੰਗਾ ਪਤਾ ਹੀ ਨਹੀਂ ਸੀ ਮਤਲਬ ਅਜੀਬ ਹੋ ਗਿਆ ਬਈ ਤੁਸੀਂ ਬਾਹਰ ਸੀ ਜਦੋਂ ਤੁਹਾਨੂੰ ਖਬਰ ਮਿਲੀ ਮੈਂ ਬਾਈ ਇੰਗਲੈਂਡ ਸੀਗਾ ਅਤੇ ਮੈਨੂੰ ਉਸ ਦਿਨ ਜਿਹੜਾ ਚੜ੍ਹਨਾ ਸੀਗਾ ਮੈਂ ਅਗਲੇ ਦਿਨ ਹੀ ਫਲਾਈਟ ਲੈ ਕੇ ਚੜ੍ਹਿਆ ਇੱਥੇ ਆ ਗਿਆ ਹੁਣ ਤੱਕ ਦੀ ਮੇਰੀ ਲਾਈਫ ਦੀ ਉਹ ਸਭ ਤੋਂ ਲੰਬੀ ਫਲਾਈਟ ਐਂ ਲੱਗੇ ਵੀ ਲੈਂਡ ਕਦੋਂ ਹੋਊ ਅਤੇ ਮੈਂ ਕਦੋਂ ਜਾਊਂਗਾ ਹੁਣ ਸਮਝ ਆਉਂਦੀ ਹੈ ਬਾਈ ਉਹਦੇ ਗਾਣੇ ਪੁਰਾਣੇ ਦੇਖ ਕੇ ਨਾ ਸਾਰੇ ਚਲੋ ਮੇਰੇ ਨਾਲ ਤਾਂ ਜਿਹੜਾ ਗਾਣਾ ਸੀ ਉਹ ਤਾਂ ਚਲੋ ਜੁਦਾ ਕਰਦੀ ਉਹਦੇ 'ਚ ਲਾਈਨ ਸੀ ਲਈ ਫਿਰਦਾ ਮੌਤ ਨਾਲ ਫੇਰੇ ਅਤੇ ਜਦੋਂ ਉਹਦੀ ਮੈਂ ਬਾਡੀ ਦੇ ਉੱਪਰ ਸਿਹਰਾ ਸਜਿਆ ਦੇਖਿਆ ਅਤੇ ਉਵੇਂ ਗੱਲਾਂ ਸਾਰੀਆਂ ਅੰਦਰੋਂ ਮਤਲਬ ਰੀਕਾਲ ਹੋਈਆਂ ਵੀ ਪਤੰਦਰਾ ਤੂੰ ਕੀ ਲਿਖਦਾ ਰਿਹਾ ਅੱਜ ਸਮਝ ਆਉਂਦਾ ਲਾਸਟ ਰਾਈਡ ਗਾਣਾ ਤਾਂ ਲਾਸਟ ਰਾਈਡ ਮਤਲਬ ਐਂ ਨਹੀਂ ਪਤਾ ਲੱਗਦਾ ਵੀ ਤੂੰ ਮੇਰੇ ਮਤਲਬ ਕਿਹੜੇ ਉਹ ਜ਼ੋਨ 'ਚ ਲਿਖ ਕੇ ਲਿਖਿਆ ਹੋਊ ਉਹਨੇ ਕਿਹੜੇ ਜ਼ੋਨ 'ਚ ਉਹਨੇ ਗਾਇਆ ਕੀ ਉਹ ਸੋਚਦਾ ਸੀ ਜੋ ਮੈਨੂੰ ਉੱਥੇ ਨਾ ਯਾਰ ਮਿੱਤਰ ਹੋਰ ਦੱਸਦੇ ਆ ਕਹਿੰਦੇ ਅੰਕਲ ਆਂਟੀ ਰੋਕਦੇ ਸੀਗੇ ਵੀ ਇਹ ਯਾਰ ਕੋਈ ਗਾਣਾ ਪੁੱਤ ਕੋਈ ਜਨਾਜ਼ਾ ਉੱਠ ਕਿਹੜੀ ਅੰਦਰੋਂ ਚੀਜ਼ ਸੀ ਜਿਹੜੀ ਉਹਨੂੰ ਗਾਣਾ ਜਨਾਜ਼ੇ ਵਾਲਾ ਰਿਲੀਜ਼ ਕਰਵਾ ਗਈ ਕੁਛ ਤਾਂ ਸੀ ਕਈ ਲੋਕ ਕਹਿੰਦੇ ਉਹਨੂੰ ਪਤਾ ਸੀ ਗੱਲ ਗਾਣੇ ਤੋਂ ਤਾਂ ਲੱਗਦਾ ਵੀ ਉਹਨੂੰ ਪਤਾ ਸੀ ਸੱਚ ਹੈ ਜਾਂ ਨਹੀਂ ਸੱਚੇ ਨਾਲ ਲੈ ਗਿਆ ਆਪਦੇ ਤੁਹਾਨੂੰ ਲੱਗਦਾ ਵੀ ਸੋਚਣ ਦੀ ਬੋਲਣ ਦੀ ਇਹ ਚੀਜ਼ਾਂ ਦੀ ਆਜ਼ਾਦੀ ਕਿਤੇ ਨਾ ਕਿਤੇ ਖਤਮ ਕਰਤੀ ਕਲਾਕਾਰਾਂ ਤੋਂ ਆਲੇ ਦੁਆਲੇ ਨੇ ਖਤਮ ਕਰਤਾ ਆਮ ਬੰਦੇ ਨੂੰ ਅੱਜ ਮੈਂ ਇੱਕ ਸਵਾਲ ਕਰਨਾ ਤੁਹਾਡੀ ਪੋਸਟ ਥੱਲੇ ਇੱਕ ਕਮੈਂਟ ਮਾਂ ਦੀ ਗੱਲ ਦਾ ਆ ਜਾਵੇ ਨਾ ਤੁਸੀਂ ਬੰਦੇ ਦਾ ਅਕਾਊਂਟ ਲੱਭ ਕੇ ਉਹਦੇ ਘਰ ਉਹਦਾ ਸਿਰ ਪਾੜਨ 'ਤੇ ਜਾਓਗੇ ਸਾਨੂੰ ਹਜ਼ਾਰਾਂ 'ਚ ਆਉਂਦੇ ਸਾਡੀ ਫੀਲਿੰਗ ਦਾ ਕੌਣ ਦੇਖੂਗਾ ਅਸੀਂ ਉਹਨਾਂ ਨੂੰ ਲੜਦੇ ਵੀ ਨਹੀਂ ਅਸੀਂ ਫਿਰ ਹੱਥ ਜੋੜ ਕੇ ਲੰਘ ਜਾਂਦੇ ਮੈਂ ਇੱਕ ਦਿਨ ਪੋਸਟ ਪਾਈ ਸਿੱਧੂ ਇਲੈਕਸ਼ਨ 'ਤੇ ਖੜਾ ਹੋਇਆ ਜੀ ਮੇਰਾ ਯਾਰ ਸੀਗਾ ਮੇਰਾ ਉਹਨੂੰ ਬੈਸਟ ਵਿਸ਼ਸ ਦੇਣਾ ਹੱਲਾਸ਼ੇਰੀ ਦੇਣਾ ਵੀ ਮੇਰਾ ਫਰਜ਼ ਸੀ ਮੈਂ ਪੋਸਟ ਪਾਈ ਜੀ ਥੱਲੇ ਬਾਈ ਦੇ ਗਾਲ ਲੈ ਗਾਲ ਫਲਾਨਾ ਜੀ ਐਂ ਹੋ ਗਿਆ ਧਮਕਾ ਐਂ ਹੋ ਗਿਆ ਮੈਨੂੰ ਅੱਡ ਕੱਢੀਆਂ ਸਿੱਧੂ ਨੂੰ ਲੋਕਾਂ ਨੇ ਅੱਡ ਕੱਢੀ ਅੱਜ ਉਹੀ ਅਕਾਊਂਟਾਂ ਵਾਲੇ ਲੋਕ ਮੈਂ ਆਪਾਂ ਆਫ ਕੈਮਰਾ ਗੱਲ ਕਰਦੇ ਸੀ ਅਕਾਊਂਟ ਤੁਹਾਡੇ ਯਾਦ ਰਹਿ ਜਾਂਦਾ ਜਿਹਨੇ ਸਭ ਤੋਂ ਗੰਦੀ ਗਾਲ ਕੱਢੀ ਹੋਵੇ ਵੀ ਇਹ ਯਾਰ ਇਹ ਅਕਾਊਂਟ 'ਤੇ ਮੈਨੂੰ ਗਾਲ ਆਈ ਉਹੀ ਅਕਾਊਂਟ ਵਾਲੇ ਲੋਕ ਅੱਜ ਮੈਨੂੰ ਮੈਸੇਜ ਕਰ ਕਰਕੇ ਰੋਈ ਜਾਂਦੇ ਨੇ ਬਾਈ ਸਿੱਧੂ ਬਾਈ ਦੀ ਯਾਦ ਆ ਰਹੀ ਉਹਦੇ ਗਾਣੇ એનર્ਜੀ ਦਿੰਦੇ ਸੀ ਦੋਗਲਾਪਣ ਕਿਉਂ ਸਵਾਲ ਕਰਨ ਦਾ ਤਰੀਕਾ ਹੁੰਦਾ ਕਈ ਵਧੀਆ ਸਵਾਲ ਵੀ ਕਰੇ ਕਈ ਵਾਰ ਤਾਂ ਤੁਹਾਡੇ ਮੂੰਹ 'ਚ ਮਾਈਕ ਆਏ ਵੀ ਮਤਲਬ ਵੀ ਦੱਸ ਦੇ ਕਿਵੇਂ ਫੀਲ ਕਰ ਰਹੇ ਹਾਂ ਵੀ ਹੁਣ ਮੈਂ ਕੀ ਦੱਸਾਂ ਬਾਈ ਮੈਂ ਕਿਵੇਂ ਫੀਲ ਕਰ ਇਹ ਤਾਂ ਸਵਾਲ ਹੀ ਨਹੀਂ ਬਣਦਾ ਬੰਦੇ ਦੇ ਅੱਖਾਂ 'ਚ ਹੰਝੂਗਾ ਬੰਦਾ ਭੋਗਤੇ ਆ ਬੰਦੇ ਨੂੰ ਪੁੱਛਣ ਕਿਵੇਂ ਮਹਿਸੂਸ ਕਰ ਰਹੇ ਹੋ ਇਹ ਤਾਂ ਸਭ ਨੂੰ ਪਤਾ ਕਿਵੇਂ ਮਹਿਸੂਸ ਕਰ ਰਹੇ ਹੋ ਸੋਨੂ ਬਾਜਵਾ ਨਾਲ ਵੀ ਇਦਾਂ ਦੀ ਕਲਿੱਪ ਉਹਨਾਂ ਨੇ ਵੀ ਮਨਾ ਕੀਤਾ ਪਰ ਫਿਰ ਵੀ ਧੱਕੇ ਨਾਲ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਬਈ ਯਾਰ ਮਹਿਸੂਸ ਸਾਡਾ ਅਸੀਂ ਟੱਬਰ ਡਹਿਲਿਆ ਪਿਆ ਕਹਿਰ ਦੀ ਮੌਤ ਹੋਈ ਹੈ ਇਹ ਕੋਈ ਸਵਾਲ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਅੱਜ ਤੋਂ 14 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸਨੇ ਸਾਰਿਆਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਇਕੱਲੇ ਪੰਜਾਬੀਆਂ ਦੇ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਜਾਂ ਜਿੱਥੇ ਜਿੱਥੇ ਉਸ ਕਲਾਕਾਰ ਨੂੰ ਉਸ ਨੌਜਵਾਨ ਨੂੰ ਪਿਆਰ ਕਰਨ ਵਾਲੇ ਲੋਕ ਵੱਸਦੇ ਸੀ ਸਾਰਿਆਂ ਦੇ ਦਿਲ ਦੇ ਵਿੱਚੋਂ ਇੱਕ
ਵੱਖਰੀ ਹੀ ਹਾਂ ਨਿਕਲੀ, ਅੱਖ ਦੇ ਵਿੱਚੋਂ ਇੱਕ ਵੱਖਰਾ ਹੀ ਹੰਝੂ ਨਿਕਲਿਆ। ਪਰ ਪੰਜਾਬ ਨੂੰ ਲੈ ਕੇ ਬੜੀਆਂ ਸਾਰੀਆਂ ਗੱਲਾਂ ਵੀ ਸਾਹਮਣੇ ਆ ਕੇ ਖੜੀਆਂ ਹੋ ਜਾਂਦੀਆਂ ਹੈਗੀਆਂ। ਖਾਸ ਤੌਰ ਦੇ ਉੱਤੇ ਜੇ ਅਸੀਂ ਕਲਾ ਨੂੰ ਦੇਖਦੇ ਹਾਂ, ਕਲਾ ਦੇ ਖੇਤਰ ਨੂੰ ਦੇਖਦੇ ਹਾਂ, ਚਾਹੇ ਉਹ ਗਾਇਕੀ ਦਾ ਖੇਤਰ ਹੋਵੇ, ਗੀਤਕਾਰੀ ਦਾ ਖੇਤਰ ਹੋਵੇ, ਚਾਹੇ ਉਹ ਕੋਈ ਹੋਰ ਆਰਟ ਦਾ ਖੇਤਰ ਹੋਵੇ, ਲੋਕ ਦਰਦ ਬਿਆਨ ਕਰਦੇ ਆਏ ਨੇ। ਪਰ ਕੀ ਸੱਚ ਦੀ ਕੀਮਤ ਗੋਲੀ ਹੁੰਦੀ ਆ? ਇਹਦੇ 'ਤੇ ਵੀ ਬੜਾ ਵੱਡਾ ਸਵਾਲ ਆ। ਹਾਲਾਂਕਿ ਇਹ ਪਹਿਲਾਂ ਵਾਲੇ ਜ਼ਮਾਨਿਆਂ ਤੋਂ ਹੀ ਚੱਲਦਾ ਆਇਆ ਗਾ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪੰਜਾਬ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ, ਉਸਦਾ ਉਸ ਨੌਜਵਾਨ ਦੇ ਨਾਲ ਇੱਕ ਵੱਖਰਾ ਰਿਸ਼ਤਾ ਸੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਅੱਜ ਜਿਸ ਨੌਜਵਾਨ ਨਾਲ ਗੱਲਬਾਤ ਕਰਾਂਗੇ, ਉਸਨੂੰ ਕਲਾਕਾਰ ਦੇ ਤੌਰ 'ਤੇ ਨਹੀਂ ਮੈਂ ਪੇਸ਼ ਕਰੂੰਗਾ, ਇੱਕ ਲਿਖਾਰੀ ਦੇ ਤੌਰ 'ਤੇ ਹਮੇਸ਼ਾ ਉਸਨੂੰ ਪੇਸ਼ ਕੀਤਾ ਜਾਂਦਾ, ਪਰ ਉਸਨੂੰ ਇੱਕ ਯਾਰ ਦੋਸਤ ਦੇ ਤੌਰ 'ਤੇ ਅਸੀਂ ਪੇਸ਼ ਕਰਾਂਗੇ। ਸਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਅੰਮ੍ਰਿਤ ਮਾਨ ਗੋਨਿਆਣੇ ਵਾਲਾ। ਬਾਈ ਸਵਾਗਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਬਾਈ ਬਹੁਤ ਦੁੱਖ ਦੀ ਘੜੀ ਆ। ਬਿਲਕੁਲ ਜੀ, ਸਾਰਿਆਂ ਲਈ। ਬਾਈ ਮਤਲਬ ਅੱਜ ਵੀ ਆਪਾਂ ਜਦੋਂ ਗੱਲਾਂ ਕਰਦੇ ਸੀ ਆਫ ਦਾ ਕੈਮਰਾ, ਕਿ ਯਕੀਨ ਹੀ ਨਹੀਂ ਆ ਰਿਹਾ ਹਲੇ ਵੀ, ਮਤਲਬ ਅਸੀਂ ਅੱਜ ਜਦੋਂ ਉਹਦੀ ਅੰਤਿਮ ਅਰਦਾਸ 'ਤੇ ਜਾਂਦੇ ਸੀਗੇ, ਇਹੀ ਗੱਲ ਦਿਮਾਗ 'ਚ ਚੱਲਦੀ ਰਹੀ ਕਿ ਸ਼ਾਇਦ ਯਾਰ ਵੈਸੇ ਉਹਨੂੰ ਮਿਲਣ ਚੱਲੇ। ਹਰ 15 ਮਿੰਟਾਂ ਬਾਅਦ ਗੱਲ ਯਾਦ ਆਉਂਦੀ ਸੀ ਕਿ ਨਹੀਂ, ਉਹ ਨਹੀਂ ਰਿਹਾ ਸਾਡੇ 'ਚ। ਪਰ ਜਿਸਮਾਨੀ ਤੌਰ 'ਤੇ ਸਾਡੇ ਦਰਮਿਆਨ ਚਾਹੇ ਉਹ ਨਹੀਂ ਹੈਗਾ, ਪਰ ਉਹ ਕਿੱਡਾ ਵੱਡਾ ਕਲਾਕਾਰ ਸੀ ਉਹ ਤਾਂ ਕੱਢ ਗੱਲ ਆ। ਅੱਜ ਉਹਨਾਂ ਦੇ ਫਾਦਰ ਸਾਹਿਬ ਨੇ ਜੋ ਅੰਤਿਮ ਅਰਦਾਸ 'ਤੇ ਬੋਲਿਆ, ਉੱਥੋਂ ਪਤਾ ਲੱਗਦਾ ਕਿ ਉਹ ਚੰਗਾ ਪੁੱਤ ਵੀ ਸੀਗਾ, ਇੱਕ ਵਧੀਆ ਇਨਸਾਨ ਵੀ ਸੀਗਾ। ਮੈਂ ਐਜ਼ ਅ ਯਾਰ ਦੋਸਤ ਅੱਜ ਇਹ ਫੀਲ ਕਰਦਾ ਕਿ ਉਹ ਜ਼ਿੰਮੇਵਾਰੀ ਛੱਡ ਕੇ ਗਿਆ ਸਾਡੇ ਸਾਰਿਆਂ 'ਤੇ, ਕਿ ਉਹਨਾਂ ਦੇ ਮਾਂ ਬਾਪ, ਸਿੱਧੂ ਦੇ ਮਾਂ ਬਾਪ ਨਹੀਂ ਇਕੱਲੇ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀਗਾ ਕਿ ਸਿੱਧੂ ਦੇ ਫਾਦਰ ਮਦਰ ਇਕੱਲੇ, ਹੁਣ ਸਿੱਧੂ ਦੇ ਫਾਦਰ ਮਦਰ ਨਹੀਂ, ਆਪਣੇ ਸਾਰਿਆਂ ਦੇ ਫਾਦਰ ਮਦਰ ਆ ਜੀ। ਇੱਕ ਗੇਮ ਚੇਂਜਰ ਬੰਦਾ ਜਿਹਨੇ ਮਾਹੌਲ ਬਦਲ ਕੇ ਰੱਖਤਾ ਸੀਗਾ। ਅੱਜ ਉਹ ਸਾਡੇ ਦਰਮਿਆਨ ਨਹੀਂ, ਤਾਂ ਸਾਡਾ ਵੀ ਜੇ ਅਸੀਂ ਉਹਨੂੰ ਯਾਰ ਦੋਸਤ ਕਿਹਾ, ਤਾਂ ਸਾਡਾ ਵੀ ਇੱਕ ਫਰਜ਼ ਬਣਦਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਨਾਲ ਖੜੀਏ। ਪਰ ਤੁਹਾਡੇ ਵਾਲੀ ਗੱਲ ਇਹ ਹੈ ਕਿ ਡਾਈਜੈਸਟ ਹੀ ਨਹੀਂ ਹੋ ਰਹੀ ਹਲੇ ਕਿ ਸਿੱਧੂ ਹੈ ਨਹੀਂ ਗਾ। ਮਤਲਬ ਉਹ ਗੱਲ ਅਜੀਬ ਲੱਗਦੀ ਹੈ ਸਾਨੂੰ ਕਿ ਯਾਰ ਹੈ ਸਿੱਧੂ ਹੈ ਨਹੀਂ, ਉਹ ਗਲਤ ਹੋਇਆ ਬਾਈ ਜੋ। ਤੁਹਾਨੂੰ ਕੀ ਲੱਗਦਾ ਕਾਰਨ, ਜੇ ਗੱਲ ਕਰਦੇ ਹਾਂ ਨਿਊਜ਼ ਦੇ ਵਿੱਚ ਆ ਰਿਹਾ ਹੈਗਾ, ਬਹੁਤ ਕਿਤੇ ਆ ਰਿਹਾ ਹੈਗਾ ਜੀ, ਤੁਸੀਂ ਵੀ ਕਲਾਕਾਰ ਹੋ ਜੀ, ਉਸ ਤੋਂ ਜੇ ਪ੍ਰੋਫੈਸ਼ਨ ਦੀ ਗੱਲ ਕਰੀਏ ਤੁਸੀਂ ਸੀਨੀਅਰ ਵੀ ਸੀ ਸਿੱਧੂ ਤੋਂ ਹੈਗੇ ਹੋ ਜੀ, ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਦੌਰ ਆ, ਹਰ ਕਲਾਕਾਰ ਲੰਘਦਾ ਇਹ ਦੌਰ ਤੋਂ, ਕਿ ਉਸਦੀ ਇੱਕ ਵੱਖਰੀ ਚੜ੍ਹਤ ਸੀ ਤਾਂ ਕਰਕੇ ਉਹਦੇ ਨਾਲ ਇਹ ਕੁਛ ਹੋ ਗਿਆ। ਬਈ ਮੈਨੂੰ ਇਹ ਲੱਗਦਾ ਜਿਹੋ ਜਿਹਾ ਮਾਹੌਲ ਚੱਲ ਰਿਹਾ, ਕਾਫੀ ਕਲਾਕਾਰ ਇਸ ਚੀਜ਼ ਤੋਂ ਲੰਘੇ ਹੋਣਗੇ, ਕਾਫੀ ਲੰਘ ਰਹੇ ਹੋਣਗੇ, ਪਰ ਜੋ ਸਿੱਧੂ ਨਾਲ ਹੋਇਆ ਉਹ ਦਿਲ ਦਹਿਲਾਉਣ ਵਾਲਾ ਸੀਗਾ। ਨਾ ਹੀ ਕਿਸੇ ਨੇ ਇਹ ਸੋਚਿਆ ਸੀ ਕਿ ਐਂ ਹੋ ਜੂਗਾ। ਇੱਕ ਕਹਿੰਦੇ ਨੇ ਅਨਰੀਅਲਿਸਟਿਕ ਜੀ ਚੀਜ਼ ਲੱਗਦੀ ਹੈ, ਜਿਹਨੂੰ ਆਪਾਂ ਕਹਿ ਲਓ ਵੀ ਡਰ ਵੀ ਲੱਗਦਾ ਸੁਣ ਕੇ। ਅੱਜ ਮੇਰੇ ਮਾਂ ਬਾਪ ਆ, ਮੇਰੇ ਫਾਦਰ, ਮੇਰੇ ਮਦਰ ਹੈ ਨਹੀਂ ਗਏ, ਮੇਰੇ ਫਾਦਰ ਨਾਲ ਹੁਣ ਗੱਲ ਹੁੰਦੀ ਸੀ ਫੋਨ 'ਤੇ, ਸਾਰੇ ਚਿੰਤਤ ਨੇ, ਸਿੱਧੂ ਦਾ ਦੁੱਖ ਮਨਾ ਰਹੇ ਨੇ ਸਾਰੇ, ਨਾਲ ਇਹ ਵੀ ਕਹਿੰਦੇ ਨੇ ਪੁੱਤ ਤੁਸੀਂ ਆਪਦਾ ਖਿਆਲ ਰੱਖੋ, ਮਾਹੌਲ ਠੀਕ ਨਹੀਂ। ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਤਰੱਕੀ ਆ, ਕਿਤੇ ਨਾ ਕਿਤੇ ਜਿਹੜੀ ਗਰੋਥ ਆ, ਇਹ ਨਾਲ ਬਹੁਤ ਕੁਛ ਲੈ ਕੇ ਆਉਂਦੀ ਹੈ। ਪਰ ਅਸੀਂ ਇਹ ਨਹੀਂ ਸੀ ਸੋਚਿਆ ਵੀ ਇਹ ਕੁਛ ਲੈ ਕੇ ਆਊਗੀ, ਵੀ ਅੱਜ ਸਾਡਾ ਭਰਾ ਜੀ ਚਲੇ ਜਾਊਗਾ। ਮਤਲਬ ਕਾਰਨ ਜਿਹੜੇ ਆ, ਮੈਂ ਵੇਟ ਕਰਦਾ ਕਿ ਹੁਣ ਸਰਕਾਰ ਨੇ ਵੀ ਹੁਣ ਅੰਤਿਮ ਅਰਦਾਸ ਹੋਈ ਆ, ਉਦੋਂ ਬਾਅਦ ਸਰਕਾਰ ਨੇ ਦੱਸਣਾ ਕਿ ਹੌਲੀ ਹੌਲੀ ਗੁੱਥੀ ਸੁਲਝਾਉਣੀ ਆ, ਕਿੱਥੋਂ ਕੀ ਸ਼ੁਰੂ ਹੋਇਆ ਕਿਵੇਂ ਸੀ, ਅਸਲੀ ਕਾਰਨ ਹੁਣ ਪੁਲਿਸ ਹੀ ਦੱਸ ਸਕਦੀ ਆ ਕਿ ਕਿੱਥੋਂ ਤੱਕ ਕਿਹੜੀ ਗੱਲ ਕਿਉਂ ਹੋਈ, ਕਿਵੇਂ ਹੋਈ, ਕਾਹਤੋਂ ਹੋਈ, ਹੁਣ ਉਹਦੀ ਵੇਟ ਆ। ਤੁਹਾਨੂੰ ਲੱਗਦਾ ਬਾਈ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹੈਗੀਆਂ, ਇੱਕ ਪ੍ਰਸਿੱਧ ਬੰਦੇ ਦੀ ਜ਼ਿੰਦਗੀ ਦੇ ਵਿੱਚ, ਚਾਹੇ ਉਹ ਬਾਲੀਵੁੱਡ ਨਾਲ ਹੋਵੇ, ਪੋਲੀਵੁੱਡ ਨਾਲ ਹੋਵੇ, ਜਾਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ, ਇੱਕ ਪਰਸੋਂ ਚੌਥੇ ਵੀ ਪਹਿਲਾਂ ਵੀ ਨਿਊਜ਼ ਆਈ ਆ ਵੀ ਇੱਕ ਹੋਰ ਰੈਪਰ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜੀ, ਇਹ ਜ਼ਿੰਦਗੀ ਦੇ ਵਿੱਚ ਕਿਵੇਂ ਹੁੰਦੀਆਂ ਹੈਗੀਆਂ? ਮਤਲਬ ਬੁਲੰਦੀ ਦੇ ਨਾਲ ਤੁਹਾਡਾ ਉਹ ਲੋਕਾਂ ਨਾਲ ਸੰਪਰਕ ਹੋ ਜਾਂਦਾ ਗਾ ਜਾਂ ਇਹ ਲਿਖਿਆ ਹੀ ਹੁੰਦਾ ਗਾ, ਤੁਸੀਂ ਇਸ ਨੂੰ ਕਿਵੇਂ ਮੰਨਦੇ ਹੋ? ਬਈ ਲਿਖਿਆ ਵੀ ਹੁੰਦਾ, ਬੁਲੰਦੀ ਨਾਲ ਵੀ ਸੰਪਰਕ ਆਪ ਵੀ ਨਹੀਂ ਹੁੰਦਾ ਕਈ ਵਾਰੀ, ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ। ਜਦੋਂ ਬੰਦਾ ਦੇਖੋ, ਜਦੋਂ ਬੰਦਾ ਹਿੱਟ ਹੁੰਦਾ ਜੀ, ਕਾਮਯਾਬ ਹੁੰਦਾ, ਹਾਂ, ਕਈ ਬੰਦੇ ਉਹਦੇ ਨਾਲ ਐਜ਼ ਅ ਫੈਨ ਜੁੜਦੇ ਆ, ਕਈ ਉਹਦੇ ਨਾਲ ਪੁਰਾਣੇ ਜੁੜੇ ਹੁੰਦੇ ਆ, ਕਈ ਔਰੇ ਤੇ ਮਾਹੌਲ ਦੇਖ ਕੇ ਜੁੜਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਵੀ ਜੁੜ ਜਾਈਏ। ਉਹਦੇ ਵਿੱਚੋਂ ਕੁਛ ਲੋਕ ਲਾਲਚੀ ਹੁੰਦੇ ਆ, ਕਿਸੇ ਮਕਸਦ ਨਾਲ ਜੁੜੇ ਹੁੰਦੇ ਆ, ਕੁਛ ਲੋਕ ਵੈਸੇ ਹੀ ਪਿਆਰ ਕਰਨ ਲਈ ਜੁੜੇ ਹੁੰਦੇ ਆ, ਅਤੇ ਕੁਛ ਲੋਕ ਐਂ ਜੁੜੇ ਹੁੰਦੇ ਵੀ ਪਤਾ ਤਾਂ ਕਰੀਏ ਯਾਰ ਵੀ ਐਡੀ ਕੀ ਚੀਜ਼ ਸੀ ਇਹ।
ਹੁਣ ਇਹੀ ਨਹੀਂ ਸਮਝ ਆ ਰਿਹਾ ਕਿ ਕੌਣ ਇੱਦਾਂ ਦੇ ਲੋਕ ਸੀ, ਕਿਵੇਂ ਇੱਦਾਂ ਦਾ ਮਾਹੌਲ ਜਿਹੜਾ ਰਚਿਆ ਗਿਆ ਕਿ ਇੱਕ ਪੰਜਾਬੀ ਸੁਪਰ ਸਟਾਰ, ਸੁਪਰ ਸਟਾਰ ਤਾਂ ਛੋਟਾ ਵਰਡ ਰਹਿ ਗਿਆ, ਸਿੱਧੂ ਲਈ ਤੁਹਾਨੂੰ ਵੀ ਪਤਾ ਕਿ ਸੁਪਰ ਸਟਾਰ ਵਰਡ ਯੂਜ਼ ਕਰਾਂਗੇ ਤਾਂ ਛੋਟਾ, ਇੱਕ ਮਾਹੌਲ ਨੂੰ ਬਦਲ ਕੇ ਰੱਖ ਦੇਣ ਵਾਲਾ ਕਲਾਕਾਰ ਸਾਡੇ ਤੋਂ ਦੂਰ ਹੋ ਗਿਆ। ਉਹ ਕਹਿੰਦੇ ਨਹੀਂ ਹੁੰਦੇ ਕਿ ਯੁੱਗਾਂ ਨੂੰ ਪਲਟਾਉਣ ਵਾਲੇ ਲੋਕ ਬੁਖਾਰ ਨਾਲ ਨਹੀਂ ਮਰਦੇ, ਸ਼ਾਇਦ ਉਹ ਗੱਲ ਸੱਚ ਹੋਈ ਆ, ਪਰ ਇਹ ਗੱਲ ਸੱਚ ਹੋਣ ਤਾਂ ਇੰਨਾ ਦੁੱਖ ਲੱਗ ਰਿਹਾ, ਇਹ ਨਹੀਂ ਸੀ ਮੈਂ ਸੋਚਿਆ ਕਦੇ। ਹੁਣ ਅਸੀਂ ਬਈ ਪੰਜਾਬ 'ਚ ਰਹੇ ਹਾਂ, ਪੰਜਾਬ ਦੇ ਵਿੱਚ ਪੈਦਾ ਹੋਏ ਹਾਂ, ਇੱਥੋਂ ਹੀ ਇਸੇ ਮਾਂ ਬੋਲੀ, ਮੈਂ ਮਾਂ ਬੋਲੀ ਦੀ ਸੇਵਾ ਨਹੀਂ ਕਰਦਾ, ਮਾਂ ਬੋਲੀ ਮੇਰੀ ਸੇਵਾ ਕਰਦੀ। ਮੈਂ ਗੀਤ ਲਿਖਦਾ ਪੰਜਾਬੀ 'ਚ, ਲਿਖਦਾ ਤਾਂ ਪੰਜਾਬੀ ਲੋਕ ਉਹਨੂੰ ਸੁਣਦੇ ਆ, ਸਾਨੂੰ ਮਾਣ ਆ ਪੰਜਾਬੀ ਹੋਣ ਦਾ। ਪਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਇਹ ਘਟਨਾਵਾਂ ਤੋਂ ਕੀ ਇੱਕ ਪਿਓ, ਇੱਕ ਆਮ ਘਰ ਦਾ ਬਾਪ ਆਪਦੇ ਪੁੱਤ ਨੂੰ ਇਹ ਕਹੂਗਾ ਨਹੀਂ ਗਾ ਵੀ ਪੁੱਤ ਬਾਹਰ ਜਾਵੜਾ, ਹਾਂ ਵੀ ਇੱਥੇ ਕੁਛ ਨਹੀਂ, ਬਾਹਰ ਜਾਵੜਾ, ਤਰੱਕੀ ਕਰਨਾ ਇੰਨਾ ਮਹਿੰਗਾ ਪੈ ਜੂਗਾ, ਇਹ ਨਹੀਂ ਸੀ ਕਦੇ ਸੋਚਿਆ। ਸਿੱਧੂ ਲਈ ਖਾਸ ਤੌਰ 'ਤੇ ਕਿ ਸਾਡਾ ਭਰਾ ਜਿਹਨੇ ਇੰਨੇ ਛੋਟੇ ਸਮੇਂ 'ਚ 5 ਸਾਲ ਦਾ ਕੈਰੀਅਰ ਸੀਗਾ, ਅਤੇ ਪਹਿਲੇ 2-3 ਮਹੀਨਿਆਂ 'ਚ ਉਹਨੇ ਲੋਕਾਂ ਨੂੰ ਦੱਸਤਾ ਸੀ ਵੀ ਕੋਈ ਚੀਜ਼ ਆ ਗਈ, ਸ਼ਾਇਦ ਨਹੀਂ ਬਰਦਾਸ਼ਤ ਹੋਇਆ ਸਾਡੇ ਦਰਮਿਆਨ ਉਹ ਨਹੀਂ ਰਿਹਾ। ਤੁਸੀਂ ਬਾਹਰ ਸੀ ਜਦੋਂ ਤੁਹਾਨੂੰ ਖਬਰ ਮਿਲੀ? ਮੈਂ ਬਾਈ ਇੰਗਲੈਂਡ ਸੀਗਾ, ਅਤੇ ਮੈਨੂੰ ਉਸ ਦਿਨ ਜਿਹੜਾ ਚੜ੍ਹਨਾ ਸੀਗਾ, ਮੈਂ ਅਗਲੇ ਦਿਨ ਹੀ ਫਲਾਈਟ ਲੈ ਕੇ ਚੜ੍ਹਿਆ, ਇੱਥੇ ਆ ਗਿਆ। ਪਰ ਉਹ ਸੀਨ, ਉਹ ਜਦੋਂ ਗੱਲ ਮੈਨੂੰ ਮੇਰੇ ਦੋਸਤ ਨੇ ਪਿਛਲੀ ਸੀਟ 'ਤੇ, ਉਹ ਦੋਸਤ ਬੈਠਾ ਸੀ, ਮੈਂ ਮੂਹਰਲੀ 'ਤੇ ਬੈਠਾ ਸੀ, ਜਦੋਂ ਮੈਨੂੰ ਉਹਨੇ ਦੱਸਿਆ ਤਾਂ ਮਤਲਬ ਹੋਸ਼ ਹੀ ਉੱਡ ਗਏ। ਮਤਲਬ ਜਾਂ ਤਾਂ ਮੈਨੂੰ ਐਂ ਫੀਲ ਹੋਇਆ ਸੀਗਾ ਮੇਰੇ ਮਦਰ ਐਕਸਪਾਇਰ ਹੋਏ ਸੀਗੇ, ਉਹ ਚੀਜ਼ ਮੈਨੂੰ ਬਹੁਤ ਜ਼ਿਆਦਾ ਹਰਟ ਕਰਕੇ ਗਈ, ਕਿਉਂਕਿ ਮਾਂ ਨਾਲ ਰਿਸ਼ਤਾ ਆਪਣਾ ਅਜੀਬ ਹੁੰਦਾ, ਉਹ ਹੋਰ ਤਰੀਕੇ ਨਾਲ ਉਸ ਚੀਜ਼ ਨੇ ਮੈਨੂੰ ਹਰਟ ਕੀਤਾ। ਪਰ ਇਸ ਚੀਜ਼ ਨੇ ਵੀ ਜਦੋਂ ਮੈਨੂੰ ਇਹ ਚੀਜ਼, ਇਹ ਖਬਰ ਵੀ ਮਿਲੀ, ਅਤੇ ਉਸ ਤੋਂ ਬਾਅਦ ਮੈਂ ਸੰਸਕਾਰ ਵਾਲਾ ਸਾਰਾ ਜਿਹੜਾ ਸਿੱਧੂ ਦੀ ਵਿਦਾਇਗੀ ਦੇਖੀ ਜਾਂ ਹੋਰ ਦੇਖੀ, ਮੈਨੂੰ ਤੁਸੀਂ ਯਕੀਨ ਜਾਣਿਓ, ਮੈਂ ਤਾਂ ਉਹਨੂੰ ਜਾਣਦਾ ਸੀ, ਮੈਂ ਤਾਂ ਉਹਦੇ ਨਾਲ ਗੱਲਾਂ ਬਾਤਾਂ 'ਚ ਟੱਚ 'ਚ ਸੀ, ਦੋਸਤ ਸੀ, ਗਾਣਾ ਇਕੱਠਿਆਂ ਨੇ ਕਰਿਆ। ਆਮ ਬੰਦਾ ਜਿਹੜਾ ਬਾਈ ਜੀ ਸਿੱਧੂ ਨੂੰ ਗਾਲਾਂ ਵੀ ਕੱਢਦਾ ਸੀ ਨਾ, ਵੀ ਇਹਨੇ ਜਵਾਕ ਵਿਗਾੜਤੇ, ਮੈਨੂੰ ਫੋਨ ਕਰ ਰੋਏ ਆ ਲੋਕ, ਤੁਸੀਂ ਇਹ ਹਿਸਾਬ ਲਾ ਲਓ ਮੈਂ ਮੇਰੇ ਦਿਲ 'ਤੇ ਉਹਦਾ ਅਸਰ ਕਿੰਨਾ ਹੋਊ, ਕਿ ਜਿਹੜਾ ਬੰਦਾ ਇੱਕ ਸਿੱਧੂ ਨੂੰ ਜਾਣਦਾ ਨਹੀਂ ਉਹਦੇ ਦਿਲ 'ਤੇ ਇੰਨਾ ਅਸਰ ਛੱਡ ਗਈ। ਮਤਲਬ ਉਹਦੀ ਵਿਦਾਇਗੀ ਵੀ, ਉਹਦਾ ਜਾਣਾ ਵੀ ਪੂਰੇ ਦੁਨੀਆਂ ਨੂੰ ਹਿਲਾ ਕੇ ਰੱਖ ਗਿਆ, ਅਤੇ ਉਹ ਕਿੱਡਾ ਵੱਡਾ ਕਲਾਕਾਰ ਸੀ ਇੱਥੋਂ ਪਤਾ ਲੱਗਦਾ। ਕਿਹਾ ਜਾਂਦਾ ਗਾ ਵੀ ਅਕਸਰ ਆਪਾਂ ਦੇਖਦੇ ਹਾਂ ਲੋਕ ਲਿਖ ਕੇ ਪਾ ਰਹੇ ਆ ਵੀ ਜਿਹੜੇ ਲੈਜੈਂਡ ਹੁੰਦੇ ਆ ਉਹ ਕਦੇ ਮਰਦੇ ਨਹੀਂ ਜੀ, ਇਹੋ ਜਿਹਾ ਕੀ ਖਾਸੀਅਤ ਸੀ ਜਿਹੜੀ ਤੁਹਾਡੀ ਪਹਿਲੀ ਕੋਈ ਮੁਲਾਕਾਤ ਹੋਈ ਹੋਣੀ ਆ, ਜਾਂ ਤੁਸੀਂ ਵੀ ਬੰਦੇ ਨੂੰ ਦੇਖਦੇ ਹੋ ਜਾਂ ਹਰ ਬੰਦੇ ਨੂੰ ਆਪਾਂ ਇੱਕ ਤਰ੍ਹਾਂ ਦਾ ਡੀ ਕੋਡ ਕਰਦੇ ਹਾਂ ਜੀ, ਤੁਹਾਨੂੰ ਕੀ ਖਾਸੀਅਤ ਸੀਗੀ ਵੀ ਹਾਂ ਵਾਕਈ ਉਹ ਇਨਸਾਨ, ਚਲੋ ਹੀਰਾ ਤਾਂ ਸੀਗਾ ਸਾਰਿਆਂ ਨੂੰ ਪਤਾ ਵੀ ਜਿੱਦਾਂ ਦਾ ਉਹ ਗਾਣਿਆਂ ਦੇ ਵਿੱਚ ਸੀ ਉੱਦਾਂ ਦਾ ਨਹੀਂ ਸੀ, ਬਹੁਤ ਲੋਕ ਹੁਣ ਗੱਲਾਂ ਕਰ ਰਹੇ ਨੇ, ਹਾਲਾਂਕਿ ਜਿਹੜੇ ਲੋਕ ਮਿਲਦੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਨਹੀਂ ਉਹ ਉੱਦਾਂ ਦਾ ਬਿਲਕੁਲ ਨਹੀਂ ਸੀ। ਤੁਹਾਨੂੰ ਕੀ ਲੱਗਦਾ ਸੀ ਵੀ ਇਹ ਜਿਹੜੀ ਉਹਨੂੰ ਪਰਮਾਤਮਾ ਨੇ ਇੱਕ ਦਿੱਤੀ ਵੀ ਸੀ ਚੀਜ਼, ਇੱਕ ਅਜਿਹੀ ਕਲਮ ਦਿੱਤੀ ਵੀ ਸੀ? ਬਈ ਮੈਂ ਨਾ ਕੈਨੇਡਾ ਚੱਲਿਆ ਸੀ ਫਲਾਈਟ ਲੈ ਕੇ ਜੀ, ਸਿੱਧੂ ਦਾ ਗਾਣਾ ਆਇਆ ਸੀ ਜੀ ਵੈਗਨ ਜੀ, ਪਹਿਲਾ ਗਾਣਾ, ਪਹਿਲਾ ਗਾਣਾ ਮੈਂ ਦਿੱਲੀ ਏਅਰਪੋਰਟ 'ਤੇ ਉਹ ਗਾਣਾ ਸੁਣਿਆ ਚੰਗੀ ਤਰ੍ਹਾਂ, ਤਾਰਾਂ ਵਾਲੇ ਹੈੱਡਫੋਨ ਹੁੰਦੇ ਸੀ ਉਦੋਂ, ਮੈਂ ਲਾ ਕੇ ਸੁਣਿਆ, ਮੇਰੇ ਗਾਣੇ ਕਾਫੀ ਆ ਚੁੱਕੇ ਸੀ ਉਦੋਂ, ਅਤੇ ਮੈਂ ਕਿਹਾ ਯਾਰ ਕੁਛ ਤਾਂ ਹੈ ਨਵਾਂ। ਇੱਕੋ ਹੀ ਗਾਣਾ ਮੈਂ 8-10 ਵਾਰੀ ਸੁਣਿਆ, ਮੇਰੀ ਸਟੇ ਸੀਗੀ, ਮੈਨੂੰ ਲੱਗਦਾ ਪਤਾ ਨਹੀਂ ਐਮਸਟਰਡੈਮ ਸੀਗੀ, ਫਰੈਂਕਫਰਟ ਸੀ, ਉੱਥੇ ਵੀ ਮੈਂ ਸੁਣਿਆ ਗਾਣਾ। ਮੈਂ ਦੀਪ ਜੰਡੂ ਕੋਲ ਗਿਆ, ਦੀਪ ਜੰਡੂ ਨਾਲ ਮੇਰਾ ਪਿਆਰ ਸੀਗਾ, ਸਿੱਧੂ ਹੋਣਾ ਦਾ ਵੀ ਪਹਿਲਾ ਗਾਣਾ ਉਹਨਾਂ ਨੇ ਕੀਤਾ ਸੀ, ਉਹ ਪੁੱਛਿਆ ਵੀ ਮੈਂ ਕਿਹਾ ਯਾਰ ਇਹ ਮੁੰਡਾ ਕੌਣ ਆ, ਕਹਿੰਦੇ ਵੀ ਇਹ ਸਿੱਧੂ ਮੂਸੇ ਵਾਲਾ, ਵੀ ਇਹ ਨਹੀਂ ਮੇਰਾ ਗਾਣਾ ਲਿਖਿਆ, ਆ ਗਿਆ ਨਹੀਂ ਉਹੀ ਬਿਲੋ ਟਾਈਮ। ਯਾਰ ਇਹ ਚੀਜ਼ ਆ, ਆਪਾਂ ਕਹਿੰਦੇ ਨਹੀਂ ਸੋਚਦੇ ਹੁੰਦੇ, ਚੀਜ਼ ਹੈ। ਉਦੋਂ ਬਾਅਦ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ, ਜ਼ਿਆਦਾ ਨਹੀਂ ਮੈਂ ਇਸ ਗੱਲ ਦੀ ਗੱਲ ਕਰਦਾ ਹੁੰਦਾ, ਤੁਹਾਡੇ ਜ਼ਰੀਏ ਫਿਰ ਦੱਸਦਾ, ਉਸੇ ਦਿਨ ਸ਼ਾਮ ਨੂੰ ਮੈਂ ਕਿਹਾ ਕੌਫੀ ਪੀਣ ਚੱਲਦੇ ਹਾਂ, ਸ਼ੈਰਡਨ ਪਲਾਜ਼ਾ ਉੱਥੇ ਬਹੁਤ ਫੇਮਸ ਆ, ਸਭ ਨੂੰ ਪਤਾ ਉੱਥੇ ਟਿਮ ਹੋਟਨਜ਼ ਆ ਜੀ, ਸਾਡੀ ਗੱਡੀ ਆ, 2-3 ਗੱਡੀਆਂ ਸੀਗੀਆਂ, ਅਤੇ ਐਂ ਚੱਕਰ ਲਾ ਕੇ ਜਦੋਂ ਲੰਘੀਆਂ ਤਾਂ ਇੱਕ ਬੰਦਾ ਮੈਂ ਦੇਖਿਆ ਖੜਾ, ਉਹਦੇ ਕਿੱਟ ਬੈਗ ਪਾਇਆ, ਪਿੱਠੂ ਬੈਗ ਜਿਹਨੂੰ ਕਹਿ ਦਿੰਦੇ, ਮੇਰੇ ਕੰਨੀ ਉਹਦੀ ਪਿੱਠ ਆ, ਅਤੇ ਐਂ ਜੇ ਕਰਾ ਖੜਾ, ਮਤਲਬ ਕਿਸੇ ਨਾਲ ਗੱਲ ਕਰ ਰਿਹਾ, ਪਤਾ ਨਹੀਂ ਇਕੱਲਾ ਹੀ ਖੜਾ, ਮੈਨੂੰ ਜਿਹੜਾ ਦ੍ਰਿਸ਼ ਯਾਦ ਸੀਗਾ, ਮੈਂ ਕਿਹਾ ਯਾਰ ਸਿੱਧੂ ਨਹੀਂ ਖੜਾ, ਨਾਲ ਮੁੰਡੇ ਨੂੰ ਕਿਹਾ, ਕਹਿੰਦੇ ਹਾਂ ਸਿੱਧੂ, ਮੈਂ ਕਿਹਾ ਯਾਰ ਬਾਈ ਬੁਲਾ ਇਹਨੂੰ, ਉਹ ਕਹਿੰਦੇ ਕੀ ਗੱਲ ਕਰਨੀ ਆ ਤੂੰ ਯਾਰ, ਆਪਾਂ ਕਿਹੜਾ ਤੂੰ ਕਿਹੜਾ ਜਾਣਦਾ, ਮੈਂ ਕਿਹਾ ਨਹੀਂ, ਇੱਕ ਇਖਲਾਕੀ ਫਰਜ਼ ਵੀ ਹੁੰਦਾ ਆਪਣੇ ਕਲਾਕਾਰ ਦੇ ਨਾਂ 'ਤੇ। ਉਹਨੇ ਬੁਲਾਇਆ, ਮੈਂ ਸ਼ੀਸ਼ਾ ਡਾਊਨ ਕਰਕੇ ਸਿੱਧੂ ਨੂੰ ਹੱਥ ਮਿਲਾਇਆ, ਅਤੇ ਉਹਨੂੰ ਮੈਂ ਕਿਹਾ, ਮੈਂ ਕਿਹਾ ਵੀਰੇ ਤੂੰ ਬਹੁਤ ਘੈਂਟ ਲਿਖਦਾ, ਬਹੁਤ ਘੈਂਟ ਗਾਉਣਾ, ਖਿੱਚ ਕੇ ਰੱਖ, ਦੱਬ ਕੇ ਰੱਖ, ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ, ਇੰਨੀ ਗੱਲ ਕਰਕੇ ਮੈਂ ਨਿਕਲ ਗਿਆ। ਉਦੋਂ
तीन साल बाद जी चार साल बाद 16 की गल है सतारा सतारा की गल है तीन साल बाद 2020 मैनू सॉरी 2019 बंदे ने मैनू फिर सिद्धू ने गल दोहरा के दसी मैं भुल गया सी कहिंदा वीरे पहली बार सिद्धू घरे आया कहिंदा तुसी मैनू उदों किट बैग पाया वैसे मेरा तो एक गाना आया सी कहिंदा संगदा जा मैं सीगा कहिंदा उदों मैं देखदा हुंदा सी यार भी जो तुसी मेरे हाथ मिला के लंघे कहिंदा तीन गड्डियां तुहाडे नाल कहिंदा मैं सोचदा सी यार मेरे नाल भी ऐ गड्डियां होणगियां भी मुंडे खुंडे देख रहे आए तो खर कहना अच्छ आप कट्ठे बी बैठे हैं तो तुम मेरा यार हो है ना ये कदम मैं सोचा नहीं पर कहना थोड़े अखर ने थोड़े शब्दों ने कहना मैंने हल्लाशेरी जरूर दी सी कारण बनी चीज़ जिदे करके बंबीहा बोले गीत आया मतलब कड़ी नाल कड़ी जुड़ती है भाई जो तुम बीजोगे उही तुम वढ़ोगे जे मैं सिद्धू नूं प्यार दिता तो सिद्धू ने चढ़ाई च भी वो मेरे लिए प्यार बरकरार रखा सो हर एक कलाकार का बई मैं अज थोड़े माध्यम राही कहना चाहना नवा पुराना कोई नहीं होंदा जिहड़ी अंदरली अग होंदी है ना जिहड़ा टैलेंट होंदा ये पत्थर पाड़ के भी लंघ जांदा नवे बंदे नूं खास तौर पर हल्लाशेरी दिया करो कोई पता नहीं किने जुग पलट के रख देना सिद्धू ने पलटे ही आ सामने थोड़े हर अख जिहड़ी आ पंजाबी दी भावुक हुई है खास करके जिहड़ा उन्हां दे संस्कार वाले दिन मैथों शायद मेरे कोल शब्द भी घट आ जदों उन्हां दे पिता जी ने जी उस चीज़ नूं सी लगदा भी कदे भी कोई इंसान या खास तौर पर जिहड़े सिद्धू नूं गल्लां बातां करदे जां जाणदे जां परिवारक तौर पर अटैच सी उवें गल इमेजिन करी हो जां ओह हो गया कि भाई सोचे ही नहीं सी वो तो जदों उहदी डेड बॉडी सी उहदियां भी मुछां खड़ियां सीगियां मतलब तुसीं सोच ही नहीं सकदे जिहड़ियां मेरे नाल उहदियां गल्लां मैं नहीं कहिंदा मेरे कल्ले नाल ही अटैच सी उहदे होर भी क्लोज मित्र खैर खवा सीगे पर जो उहदियां मेरे नाल गल्लां क्योंकि उहदा कोई होर मित्र होऊगा तां उह कलाकार नहीं होणा उहदे नाल कोई होर तरहां दियां गल्लां करदा होऊ मेरे नाल उह कलाकारी दियां गल्लां भी कर लैंदा सी मेरे नाल हास्से खेडे वाली गल्लां भी कर लैंदा सी वो गल्लां मुड़ मुड़ उच्ची उच्ची हसदा बहुत सी कई बार मैनू छेड़ के ना मैनू उन्हें कोई किसी चीज़ तो टौंट मार के आप ही हसन लग जाना वो तो हासा मैं पहले दिन लिख के भी यह पाया मैं तेरा उच्ची उच्ची हसना ही याद आई जाता मतलब वो चीज़ चली गई तो उन्हें ना झंझोड़ के ही रखता भाई मतलब कल ना कुलविंदर बिल्ला भाई अंतिम अरदास से बैठे मेरे नाल बैठे से वो मेरे कन्न चा के कहना कहना यार भाई कहना जिदन कहना मौत हुई उदन तो चलो शॉकिंग सी कहता भी आ हो गया यार जदों कहना संस्कार वाली असं कहना देखिया फुटेज देखिया कहना पतंदर सारे बीमारी कर गया जाता कोई घरे बैठे घरे जी ना लगे मैं फ्लाइट से भाई मैनू हूँ तक की मेरी लाइफ की हो सब तो लंबी फ्लाइट ऐ लगे भी लैंड कदों हो तो मैं कदों जाऊँगा फ्लाइट लैंड हुई बई रात को तो तड़के सवेरे 5 बजे मैं मूसे सीगा फुल उहदे मैं आप चुके एक वो मीटिंग जिहदा एक हथ मिलाया एक नौजवान नवे एक गाने वाले सिंगर नाल तो उहदे फुल भी मैं आप चुकूंगा पता ही नहीं सी मतलब अजीब हो गया बई फ्लाइट च भी मैं हुण हुण शायद ना कैमरे ते गल्लां जे मैं करूंगा तो उहनां बड़ियां वो लगणगियां मैं कोई मेरे दिल जाणदा कि मेरे लिए वो फ्लाइट किन्नी औखी लगी मेरे कल्ले लई नहीं पूरे पंजाब तो पूरी दुनिया तो मैसेज मैनू ऐ दुख लगी गया कि मैं सिद्धू का अफसोस कर रहा मैनू इन्ना औखा लग्या लोग मैनू फोन कर भाई माड़ा होया मैनू ऐ ना समझ लगे भी मैं सिद्धू का अफसोस कर रहा एक दो दिन पहला मैनू लोग कह रहे यार सिद्धू का फलाना गाना बहुत घेंट से थोड़ा गाना कट्ठिया का बहुत घेंट से सानू कई लोग उत्थे इंग्लैंड मैनू मिल जाते भाई थोड़ा गाना बहुत घेंट से कट्ठिया का दोबारे गाना करो उही लोग दो दिन बाद मेरे नाल अफसोस कर रहे फोन पर मतलब मैं ना भाई स्टूडियो जाना सी इंग्लैंड जिद्दन मैंने गल पता लगी कहदा स्टूडियो भाई बच्ची रह गया सारा कुछ गाना थोड़ा फुरने से मुड़ के मनी संधु है भाई म्यूजिक प्रोड्यूसर मैंने कहना कहना भाई गाना गुना छड वैसे मिलना थोनू शायद कहना साढ़े नाल गल्लां करके थोड़ा थोड़ा बहुत जी उमें हो गए असं उत्थे चले गए 2 घंटे असं उत्थे बैठे हाँ 1 घंटा 60 मिनट सिद्धू की गली चली इन्ना अंदर तो अंदर तक हरेक बंदे दे घर कर गई वो चीज़ हजे तक भी बई वो चीज़ हजे वह हजे की बई वो उन्होंने मैं झोटा कहना हूँ चौड़ जी तो अपने वाले झोटे ने बई अमर ही रहना वो होर चीज़ सी वो रूह ही होर सी तुहाडा एक पिछे गाना भी आया पहला गाना आया जी, जी, जी। उदे विच तुसी एक
ਮਰਦਾਂ ਦੀ ਜਾਂ ਆਪਾਂ ਕਹਿ ਦਈਏ ਦਲੇਰੀ ਦੀ ਗੱਲ ਕਰਦੀ ਆ ਮਰਦਾਂ ਦੀ ਛਾਤੀ ਤੇ ਜ਼ਖਮਾਂ ਦੀ ਹਨਾ, ਜਿਹੜੀ ਉਹ ਚੀਜ਼ ਆ ਉਹ ਚੀਜ਼ ਵੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਗਾਣਿਆਂ ਦੇ ਵਿੱਚ ਵੀ ਉੱਦਾਂ ਦੀਆਂ ਹੀ ਚੀਜ਼ਾਂ ਸੀ, ਖਾਸ ਕਰਕੇ ਉਹੋ ਜਿਹੀਆਂ ਲਿਖਤਾਂ ਉਹਨੇ ਲਿਖੀਆਂ ਵੀ ਇੱਦਾਂ ਗੋਲੀਆਂ ਚੱਲਣਗੀਆਂ ਆਹ ਹੋਊਗਾ, ਖਾਸ ਤੌਰ 'ਤੇ ਇੱਕ ਦੋ ਉਹਦੇ ਦੋਸਤ ਮਿੱਤਰ ਵੀ ਕਹਿੰਦੇ ਰਹੇ ਵੀ ਉਹ ਦੱਸਦਾ ਹੁੰਦਾ ਸੀ ਵੀ ਆਹ ਚੀਜ਼। ਹੁਣ ਸਮਝ ਆਉਂਦੀ ਹੈ ਬਾਈ ਉਹਦੇ ਗਾਣੇ ਪੁਰਾਣੇ ਦੇਖ ਕੇ ਨਾ ਸਾਰੇ, ਚਲੋ ਮੇਰੇ ਨਾਲ ਤਾਂ ਜਿਹੜਾ ਗਾਣਾ ਸੀ ਉਹ ਤਾਂ ਚਲੋ ਜੁਦਾ ਕਰਦੀ, ਉਹਦੇ 'ਚ ਲਾਈਨ ਸੀ ਲਈ ਫਿਰਦਾ ਮੌਤ ਨਾਲ ਫੇਰ, ਅਤੇ ਜਦੋਂ ਉਹਦੀ ਮੈਂ ਬਾਡੀ ਦੇ ਉੱਪਰ ਸਿਹਰਾ ਸਜਿਆ ਦੇਖਿਆ ਅਤੇ ਉਵੇਂ ਗੱਲਾਂ ਸਾਰੀਆਂ ਅੰਦਰੋਂ ਮਤਲਬ ਰੀਕਾਲ ਹੋਈਆਂ ਵੀ ਪਤੰਦਰਾ ਤੂੰ ਕੀ ਲਿਖਦਾ ਰਿਹਾ। ਅੱਜ ਸਮਝ ਆਉਂਦਾ ਵੀ ਜਿਹੜੇ ਨੌਜਵਾਨ ਗੀਤ ਲਿਖਦਾ ਨਾ, ਮੈਂ ਨੌਜਵਾਨ ਹਾਂ ਮੈਂ ਗੀਤ ਲਿਖਦਾ ਨਾ ਜੀ, ਜੋਸ਼ 'ਚ ਆਪਾਂ ਕਈ ਵਾਰੀ ਗਰਮ ਤੋਂ ਗਰਮ ਅੱਖਰ ਪਾ ਦਿੰਦੇ ਹਾਂ ਕਿਉਂਕਿ ਉਮਰ ਇਹੋ ਜਿਹੀ ਹੈ, ਉਮਰ ਅੰਦਰੋਂ ਐਨਰਜੀ ਹੈ ਜਿਹੜੀ ਪੁਸ਼ ਕਰਦੀ ਹੈ ਪੰਪ ਕਰਦੀ ਹੈ ਵੀ ਜੀ ਐਂ ਲਿਖੀਏ ਐਂ ਹੋ ਗਿਆ ਤਾਂ ਯਾਰ ਜੱਟ ਐਂ ਕਰ ਦੂ। ਪਰ ਇੰਨੀਆਂ ਸੱਚੀਆਂ ਗੱਲਾਂ ਵੀ ਪਤੰਦਰਾ ਤੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਵੇਂ ਹੀ ਬੁਣੀ ਗਿਆ ਗੱਲ ਵੀ ਐਂ ਹੋਊਗੀ ਐਂ ਹੋਊਗੀ। ਇੱਕ ਗਾਣੇ ਨੇ ਤਾਂ ਜਮੀ ਹੈਰਾਨ ਕਰਤਾ, ਉਹ ਕਹਿੰਦਾ ਰਾਈਟ ਪਤਾ ਨਹੀਂ ਰਾਈਟ ਸਾਈਡ ਬੌਂਡ 'ਤੇ ਵੱਜੇ ਜਿਹਦੇ ਫੈ ਦੋ ਫੈਰ ਗੋਰੀਏ, ਪਤਾ ਨਹੀਂ ਕੋਈ ਗਾਣੇ 'ਚ ਗੱਲ ਕਹੀ ਹੈ ਉਹ ਜਮੀ ਐਨ ਫੋਟੋਆਂ 'ਚ ਆਪਾਂ ਦੇਖਦੇ ਹਾਂ ਉਹ ਥਾਰ ਦੇ ਮੂਹਰੇ ਇੱਧਰਲੇ ਪਾਸੇ ਦੋ ਫੈਰ ਨੇ, ਕਿ ਮਤਲਬ ਹੈਰਾਨ ਕਰਨ ਗਿਆ, ਮਤਲਬ ਹੈਰਾਨ ਹੀ ਕਰ ਗਿਆ ਸਭ ਨੂੰ ਬਈ। ਮਤਲਬ ਹਜੇ ਤੱਕ ਲਾਸਟ ਰਾਈਡ ਗਾਣਾ ਤਾਂ ਲਾਸਟ ਰਾਈਡ ਮਤਲਬ ਐਂ ਨਹੀਂ ਪਤਾ ਲੱਗਦਾ ਵੀ ਤੂੰ ਮੇਰੇ ਮਤਲਬ ਕਿਹੜੇ ਉਹ ਜ਼ੋਨ 'ਚ ਲਿਖ ਕੇ ਲਿਖਿਆ ਹੋਊ, ਉਹਨੇ ਕਿਹੜੇ ਜ਼ੋਨ 'ਚ ਉਹਨੇ ਗਾਇਆ, ਕੀ ਉਹ ਸੋਚਦਾ ਸੀ। ਜੋ ਮੈਨੂੰ ਉੱਥੇ ਨਾ ਯਾਰ ਮਿੱਤਰ ਹੋਰ ਦੱਸਦੇ ਆ ਕਹਿੰਦੇ ਅੰਕਲ ਆਂਟੀ ਰੋਕਦੇ ਸੀਗੇ ਵੀ ਇਹ ਯਾਰ ਕੋਈ ਗਾਣਾ ਪੁੱਤ ਵੀ ਜਨਾਜਾ ਉੱਠੂ, ਕਿਹੜੀ ਅੰਦਰੋਂ ਚੀਜ਼ ਸੀ ਜਿਹੜੀ ਉਹਨੂੰ ਗਾਣਾ ਜਨਾਜੇ ਵਾਲਾ ਰਿਲੀਜ਼ ਕਰਵਾ ਗਈ, ਕੁਛ ਤਾਂ ਸੀ। ਕਈ ਲੋਕ ਕਹਿੰਦੇ ਉਹਨੂੰ ਪਤਾ ਸੀ, ਗੱਲ ਗਾਣੇ ਤੋਂ ਤਾਂ ਲੱਗਦਾ ਵੀ ਉਹਨੂੰ ਪਤਾ ਸੀ, ਸੱਚ ਹੈ ਜਾਂ ਨਹੀਂ ਸੱਚ ਹੀ ਨਾਲ ਲੈ ਗਿਆ ਆਪਦੇ ਉਹ। ਪਰ ਜੋ ਉਹਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲਿਖਿਆ ਜੀ, ਉਹਨੇ ਆਪਦੀ ਲਾਈਫ ਹੀ ਲਿਖੀ ਆ ਬਾਈ। ਅੱਜ ਪਤਾ ਲੱਗਦਾ, ਅੱਜ ਜਦੋਂ ਹਥਿਆਰਾਂ 'ਚ ਡਿਫੈਂਸ ਦੀ ਗੱਲ ਕਰਦਾ ਸੀ, ਅੱਜ ਸਮਝ ਆਉਂਦੀ ਹੈ ਕਿਉਂ ਕਰਦਾ ਸੀ। ਅੱਜ ਮੈਂ ਦੇਖਿਆ ਵੀ ਕਈ ਪੱਤਰਕਾਰ ਵੀ ਜੋ ਕਈ ਲੋਕ ਵੀ ਬਥੇਰਾ ਤਵਾ ਲਾਉਂਦੇ ਸੀਗੇ, ਅੱਜ ਉਹ ਵੀ ਕਹਿੰਦੇ ਯਾਰ ਕਹਿੰਦੇ ਵੀ ਕੀ ਲਿਖ ਗਿਆ ਬੰਦਾ, ਹੈ ਨਾ। ਸਮਝਣ 'ਚ ਗਲਤੀ ਹੋ ਗਈ ਉਹਨੂੰ ਵੀ ਉਹ ਕੀ ਚੀਜ਼, ਉਹ ਚੀਜ਼ ਕੀ ਸੀ, ਉਹਦੇ ਅੱਖਰਾਂ ਮਗਰੀ ਪਏ ਰਹੇ, ਐਂ ਲਿਖਦਾ ਜੀ, ਇਹ ਜਵਾਕ ਵਿਗਾੜ ਦਿੰਦਾ ਜੀ, ਇਹ ਐਂ ਵਿਗਾੜ ਦਿੰਦਾ ਜੀ। ਉਹਨੂੰ ਸਮਝਿਆ ਨਹੀਂ। 295 ਵੀ ਉਸੇ ਬੰਦੇ ਨੇ ਲਿਖਿਆ ਸੀ, ਮਾਂ 'ਤੇ ਗਾਣਾ ਬਾਪ 'ਤੇ ਗਾਣਾ ਉਸੇ ਬੰਦੇ ਨੇ ਲਿਖਿਆ ਸੀ। ਹੁਣ ਸਾਰੇ ਕਿਤੇ ਚਰਚਾ ਵੀ SYL ਗਾਣਾ ਆ ਰਿਹਾ, ਉਹ ਨਹੀਂ ਲਿਖਿਆ, ਉਹ ਨਹੀਂ ਲਿਖਿਆ, ਰਾਈਟਰ ਸੀ ਯਾਰ ਉਹ। ਮਤਲਬ ਇੱਕ ਨਾ ਆਪਣੇ ਬਹੁਤ ਇੱਕ ਅਫਸੋਸ ਹੈ ਚੀਜ਼ ਨੂੰ, ਸਿਨੇਮਾ ਨੂੰ ਲੈ ਕੇ ਅਤੇ ਐਂਟਰਟੇਨਮੈਂਟ ਨੂੰ ਲੈ ਕੇ ਆਪਣੇ ਜਿਹੜੇ ਵਿਊ ਆ ਨਾ ਲੋਕਾਂ ਦੇ, ਕਈ ਲੋਕਾਂ ਦੇ, ਸਾਰਿਆਂ ਦੇ ਨਹੀਂ ਕਈ ਲੋਕਾਂ ਦੇ, ਉਹ ਬਰੋਡ ਨਹੀਂ ਹੈਗੇ ਬਾਈ। ਪੰਜਾਬੀ ਗਾਣੇ 'ਚ ਜੇ ਕੋਈ ਗੋਲੀ ਮਾਰ ਕੇ ਕਿਸੇ ਦੇ ਸਿੰਗਰ ਫੈਰ ਮਾਰੇ ਨਾ, ਥੱਲੇ ਕਮੈਂਟ ਆਉਂਦਾ ਐਡਾ ਹੀ ਆ ਤਾਂ ਬਾਰਡਰ ਜਾਬੜਾ। ਹਿੰਦੀ ਫਿਲਮਾਂ 'ਚ ਸਾਊਥ ਵਾਲੇ ਇੱਕ ਗੋਲੀ ਜਿਹਦੇ ਇੱਕ ਬੰਦੂਕ ਜਿਹਦੇ ਪਤਾ ਹੈ ਵੀ ਪੈਂਦੀਆਂ ਹੀ ਦੋ ਨੇ, ਉਹਦੇ 'ਚੋਂ 8-8 ਚਲਾ ਜਾਂਦੇ ਨੇ, ਉਹਦਾ ਤਾੜੀਆਂ ਮਾਰਦੇ ਆ ਜੀ ਖੜ੍ਹੇ ਹੋ, ਵਾਹ ਜੀ ਵਾਹ, ਫਿਲਮ 200 ਕਰੋੜ ਕਰ ਗਈ ਜੀ, 250। ਤੁਹਾਨੂੰ ਲੱਗਦਾ ਵੀ ਸੋਚਣ ਦੀ ਬੋਲਣ ਦੀ ਇਹ ਚੀਜ਼ਾਂ ਦੀ ਆਜ਼ਾਦੀ ਕਿਤੇ ਨਾ ਕਿਤੇ ਖਤਮ ਕਰਤੀ ਕਲਾਕਾਰਾਂ ਤੋਂ ਆਲੇ ਦੁਆਲੇ ਨੇ ਖਤਮ ਕਰਤੀ ਕਲਾਕਾਰਾਂ ਦਾ ਬਾਈ? ਅੱਜ ਮੈਂ ਤੁਹਾਨੂੰ ਕੈਮਰਾ 'ਤੇ ਕਹਿਣਾ, ਇੱਕ ਆਰਟਿਸਟ ਨੂੰ ਤੁਸੀਂ ਆਫ ਦਾ ਕੈਮਰਾ ਪੁੱਛ ਕੇ ਦੇਖਿਓ, ਜਿਹੜਾ ਵੀ ਸਕਸੈਸਫੁਲ, ਆਪਾਂ ਵੀ ਗੱਲਾਂ ਕੀਤੀਆਂ, ਸਕਸੈਸਫੁਲ ਹੈ ਯਾਰ ਨਹੀਂ ਹੈ ਛੱਡੋ, ਮਾਪਦੰਡ ਆਪਾਂ ਕੋਈ ਨਹੀਂ ਲੈ ਕੇ ਆਉਂਦੇ ਵਿੱਚ, ਉਹਨੂੰ ਪੁੱਛ ਕੇ ਦੇਖਿਓ ਵੀਰੇ ਤੇਰੀ ਪਰਸਨਲ ਜ਼ਿੰਦਗੀ ਕੀ ਆ, ਵੀ ਤੂੰ ਪਰਸਨਲ ਜ਼ਿੰਦਗੀ ਮਾਣਦਾ। ਘਰੋਂ ਬਾਹਰ ਨਿਕਲਦੇ ਹਾਂ ਕਿਸੇ ਨਾ ਕਿਸੇ ਨੇ ਮਿਲ ਜਾਣਾ, ਜੇ ਤਾਂ ਉਹਦੇ ਨਾਲ ਫੋਟੋ ਹੋ ਗਈ ਉਹਨੇ ਕਹਿਣਾ ਭਾਈ ਯਾਰ ਅੰਮ੍ਰਿਤ ਮਾਨ ਬੰਦਾ ਬਹੁਤ ਹੰਬਲ ਸੀ ਯਾਰ, ਸੁਭਾਅ ਬਹੁਤ ਵਧੀਆ ਸੀ। ਜੇ ਹੋ ਸਕਦਾ ਮੈਂ ਹੀ ਆਪਦੇ, ਹੋ ਸਕਦਾ ਮੈਂ ਆਪਦੇ ਡੈਡੀ ਨੂੰ ਦਵਾਈ ਦਵਾਉਣ ਜਾਣੀ ਹੋਵੇ, ਜਾਂ ਭੱਜ ਕੇ ਗੱਡੀ 'ਚ ਬਹਿਣਾ ਹੋਵੇ, ਜਾਂ ਭੱਜ ਕੇ ਪਰਿਵਾਰ ਲਈ ਕੋਈ ਕੰਮ ਕਰਕੇ ਆਉਣਾ ਹੋਵੇ, ਜਾਂ ਮੈਂ ਕਾਲ 'ਚ ਹੋਵਾਂ, ਮੇਰੀ ਕੋਈ ਫਲਾਈਟ ਲੰਘਦੀ ਹੋਵੇ, ਮੈਂ ਸਪੀਡ ਖਿੱਚਾ ਹੋਵਾਂ, ਜੇ ਫੋਟੋ ਰਹਿ ਗਈ ਕਹਿਣਗੇ ਯਾਰ ਤੇਰੇ ਵਰਗੇ ਫੋਕਰੇ 50 ਫਿਰਦੇ। ਫਿਰ ਕੈਪਸ਼ਨ ਲਿਖ ਕੇ ਵੀ ਕਈ ਬੰਦੇ ਵੀਰ ਭਰਾ ਪਾ ਦਿੰਦੇ ਵੀ, ਕਈ ਲੋਕ ਪਿਆਰ ਵੀ ਬਹੁਤ ਕਰਦੇ। ਮਤਲਬ ਆਰਟਿਸਟ ਦੀ ਜਿਹੜੀ ਪਰਸਨਲ ਜ਼ਿੰਦਗੀ ਆ ਬਾਈ, ਇਹਨੂੰ ਕੋਈ ਸਮਝਦਾ ਹੀ ਨਹੀਂ, ਇਹਨੂੰ ਇੱਕ ਆਰਟਿਸਟ ਹੀ ਸਮਝ ਸਕਦਾ। ਅੱਜ ਮੈਂ ਤੁਹਾਡੇ ਕੈਮਰਾ ਜ਼ਰੀਆ ਅਪੀਲ ਕਰਦਾ ਵੀ ਸਾਡੀ ਜ਼ਿੰਦਗੀ 'ਤੇ ਵੀ ਬੋਲਿਆ ਜਾਵੇ, ਸਾਡੇ ਬਾਰੇ ਵੀ ਬੋਲਿਆ ਜਾਵੇ ਵੀ ਅਸੀਂ ਕੀ ਕੀ ਫੀਲ ਕਰਦੇ ਹਾਂ। ਇੱਕ ਕਲਾਕਾਰ ਜਦੋਂ ਹਿੱਟ ਹੁੰਦਾ ਬੱਲੇ ਬੱਲੇ, ਇੱਕ ਕਲਾਕਾਰ ਜਦੋਂ ਹਿੱਟ ਹੋ ਕੇ ਫਲੋਪ ਹੁੰਦਾ, ਉਦੋਂ ਜਿਹੜੀ ਜ਼ਿੰਦਗੀ ਜਿਉਂਦਾ ਉਹਦੇ 'ਤੇ ਹਲੇ ਕੋਈ ਨਹੀਂ ਬੋਲਿਆ। ਜਦੋਂ ਗੱਡੀਆਂ ਮਗਰ ਇੱਕ ਗੱਡੀ ਮਗਰ 100 ਗੱਡੀਆਂ ਲੱਗਦੀਆਂ, ਹੁਣ ਤਾਂ ਮੁੜ ਕੇ ਇੱਕ ਬੰਦਾ ਵੀ ਨਾ ਰਹੇ। ਹਾਲਾਂਕਿ ਸਿੱਧੂ ਇਹ ਕਹਿੰਦਾ ਹੁੰਦਾ ਸੀ ਵੀ ਮੇਰੀ ਵੀ ਇੱਕ ਦਿਨ ਚੜ੍ਹਾਈ ਨਹੀਂ ਰਹਿਣੀ ਤਾਂ ਮੈਂ ਚਲੋ ਚਲੋ ਚੜ੍ਹਾਈ 'ਚ ਹੀ ਗਿਆ। ਪਰ ਮੈਂ ਗੱਲ ਕਰਦਾ ਵੀ
ਸਾਡੇ ਆਰਟਿਸਟਾਂ ਦੇ ਦਿਲ 'ਤੇ ਕੀ ਬੀਤਦੀ। ਹੁਣ ਜੋ ਮੈਂ ਸਿੱਧੂ ਨਾਲ ਗੱਲਾਂ ਕਰਦਾ ਸੀ ਫੋਨ 'ਤੇ, ਐਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਉਹ ਅੰਦਰੋਂ ਚਾਹੁੰਦਾ ਵੀ ਯਾਰ ਅੰਮ੍ਰਿਤ ਭਾਈ ਕਿਤੇ ਘੁੰਮ ਗਏ ਯਾਰ ਆਪਾਂ ਵੀ, ਕਿਤੇ ਗੇੜਾ ਫੇੜਾ ਲੈ ਕੇ, ਗੇੜਾ ਫੇੜਾ ਕਹਿੰਦਾ ਹੁੰਦਾ ਸੀ, ਗੇੜਾ ਫੇੜਾ ਲਾ ਕੇ ਆਈ ਗਏ, ਇੱਧਰ ਜਾ ਕੇ ਆਈ ਗਏ, ਉੱਧਰ ਜਾ ਕੇ ਆਈ ਗਏ, ਕਿਤੇ ਨਾ ਕਿਤੇ ਉਹਦੀ ਫਰੀਡਮ ਖੁੱਸ ਗਈ ਸੀ, ਮਿਸ ਕਰਦਾ ਸੀ ਉਹ ਚੀਜ਼ਾਂ। ਮੈਨੂੰ ਗਿੱਲ ਰੌਂਤਾ ਬਾਈ ਇੱਕ ਦਿਨ ਦੱਸਣ ਲੱਗ ਗਿਆ, ਕਹਿੰਦਾ ਯਾਰ, ਕਹਿੰਦਾ ਸੀ ਮੈਂ ਗਿੱਲ ਰੌਂਤਾ, ਕਹਿੰਦਾ ਮੈਂ ਕਿਸੇ ਦੀ ਟੂਰਨਾਮੈਂਟ ਦੀ ਫੋਟੋ ਪਾਈ, ਮੈਨੂੰ ਮੈਸੇਜ ਕਰਕੇ ਕਹਿੰਦਾ, ਕਹਿੰਦਾ ਯਾਰ ਮੈਂ ਵੀ ਐਂ ਜਾ ਉੱਠ ਸਕਦਾ ਤੁਹਾਡੇ ਨੂੰ। ਮੈਨੂੰ ਆਹੀ ਕਹਿੰਦਾ ਸੀ, ਕਹਿੰਦਾ ਬਾਈ ਆਪਾਂ ਦਿਲ ਦੀਆਂ ਗੱਲਾਂ ਕਰਦੇ ਹਾਂ, ਇਕੱਠੇ ਬਹਿ ਕੇ ਭਰਾ ਨਾਲ ਗੇੜੀ ਗੂੜੀ ਲਾ ਕੇ ਆਉਣੇ। ਮਤਲਬ ਉਹ ਫਰੀਡਮ ਖੁੱਸ ਜਾਂਦੀ ਆ ਬਾਈ, ਤੁਸੀਂ ਬਾਹਰ ਜਾਓ ਤੁਹਾਨੂੰ ਚਾਹੁਣ ਵਾਲੇ ਆ, ਨੋ ਡਾਊਟ ਅਸੀਂ ਇਹ ਮਿਹਨਤ ਲਈ ਹੈ, ਦਿਨ ਮਿਹਨਤ ਕਰਕੇ ਦੇਖ ਰਹੇ ਵੀ ਲੋਕ ਸਾਨੂੰ ਮਿਲਦੇ ਆ, ਸਾਡੇ ਲਈ ਬਹੁਤ ਵੱਡੀ ਗੱਲ ਆ, ਲੋਕ ਸਾਨੂੰ ਟਾਈਮ ਕੱਢ ਕੇ ਸਾਡੇ ਨਾਲ ਫੋਟੋ ਕਰਾਉਂਦੇ ਆ, ਦੇਣਾ ਨਹੀਂ ਦੇ ਸਕਦੇ ਅਸੀਂ, ਪਰ ਬਾਈ ਕਿੱਧਰ ਜਾ ਗਏ ਅਸੀਂ, ਅਸੀਂ ਆਪ ਕਦੋਂ ਇੰਜੋਏ ਕਰੀਏ ਕਈ, ਮਤਲਬ ਉਹਦੇ 'ਤੇ ਵੀ ਗੱਲ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਵੀ ਉਹ ਵੀ ਅੰਦਰੋਂ ਝੰਝੋੜਿਆ ਜਾ ਚੁੱਕਿਆ ਸੀ, ਉਹਦੀ ਆਵਾਜ਼ ਤੋਂ ਉਹਦੀਆਂ ਗੱਲਾਂ ਤੋਂ ਫੀਲ ਆਉਂਦਾ ਸੀਗਾ ਵੀ ਉਹ ਕਿਤੇ ਨਾ ਕਿਤੇ ਅੱਕ ਗਿਆ ਸੀ ਵੀ ਯਾਰ ਕੋਈ ਜ਼ਿੰਦਗੀ ਆ। ਹਾਲਾਂਕਿ ਜੇ ਸਿੱਧੂ ਦੇ ਪਹਿਲਾਂ ਦੀ ਗੱਲ ਕਰਦੇ ਹਾਂ, ਜਾਂ ਜਦੋਂ ਤੁਹਾਡੇ ਬਹੁਤ ਗਾਣੇ ਰਿਲੀਜ਼ ਹੋ ਗਏ ਸੀ, ਸਿੱਧੂ ਦਾ ਇੱਕ ਗਾਣਾ ਆਇਆ ਸੀ, ਹਥਿਆਰਾਂ ਨੂੰ ਲੈ ਕੇ ਜਿਹੜੀ ਗੱਲ ਆਉਂਦੀ ਆ, ਮੈਂ ਵੀ ਸਿੱਧੂ ਨੂੰ ਇਹ ਸਵਾਲ ਕੀਤਾ ਸੀ, ਉਹਨੇ ਕਿਹਾ ਵੀ ਨਹੀਂ ਅਸੀਂ ਆਪਦੀ ਪ੍ਰੋਟੈਕਸ਼ਨ ਲਈ ਜਾਂ ਜੋ ਚੀਜ਼ਾਂ ਹੁਣ ਲੋਕ ਕਹਿੰਦੇ ਨੇ ਵੀ ਠੀਕ ਆ, ਪਹਿਲਾਂ ਬਹੁਤ ਕਿੰਤੂ ਪ੍ਰੰਤੂ, ਤੁਹਾਡੇ 'ਤੇ ਵੀ ਬੜੇ ਕਿੰਤੂ ਪ੍ਰੰਤੂ ਹੁੰਦੇ ਆ, ਖਾਸ ਕਰਕੇ ਜਦੋਂ ਤੁਸੀਂ ਆਪਣਾ ਪਹਿਲਾ ਗਾਣਾ ਦਲਜੀਤ ਨੂੰ ਦਿੱਤਾ, ਬਹੁਤ ਕੁਛ ਹੁੰਦਾ ਆਇਆ ਗਾ, ਜਾਂ ਉਹ ਦੌਰ ਸੀ ਜਿਸ ਦਿਨ ਦਲਜੀਤ ਦਾ ਉਹ ਪਹਿਲਾ ਗਾਣਾ ਰਿਲੀਜ਼, ਪਹਿਲਾਂ ਉਹ ਲੀਕ ਹੁੰਦਾ ਗਾ, ਫਿਰ ਉਹ ਰਿਲੀਜ਼ ਹੁੰਦਾ ਗਾ ਗਾਣਾ, ਜਿਹੜੀਆਂ ਉਹ ਚੀਜ਼ਾਂ ਤੁਸੀਂ ਇਸ ਚੀਜ਼ ਨੂੰ ਜੇ ਅੱਜ ਦੇਖਦਾ ਗਾ ਅੰਮ੍ਰਿਤ ਮਾਨ ਸਾਰਾ ਕੁਛ, ਸਿੱਧੂ ਵਾਲੀ ਘਟਨਾ ਵਾਪਰੀ ਆ, ਉਸ ਤੋਂ ਪਹਿਲਾਂ ਜਿਹੜਾ ਕੁਛ, ਜਾਂ ਬਾਕੀ ਤੁਹਾਡੇ ਜਿਹੜੇ ਸਮਕਾਲੀ ਕਲਾਕਾਰ ਨੇ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਇਹ ਗੰਨ ਵਾਲੀ ਚੀਜ਼ ਆ? ਬਈ ਉਹੀ ਗੱਲ ਆ, ਦੇਖੋ ਜਿਵੇਂ ਸਿਨੇਮਾ ਨੂੰ ਤਾਂ ਲਿਬਰਟੀ ਆ, ਹਾਂ ਸਿਨੇਮਾ ਦੇ ਵਿੱਚ ਤਾਂ ਜਦੋਂ ਕੋਈ ਐਕਟਰ ਆਉਂਦਾ ਜਿਹੜੀ ਰਫਲ 'ਚ ਜਿਵੇਂ ਦੋ ਪੈਂਦੀਆਂ ਉਹਦੇ 'ਚ ਅੱਠ ਚਲਾ ਜਾਂਦਾ, ਉਦੋਂ ਤਾਂ ਆਪਾਂ ਕਹਿ ਦਿੰਦੇ ਹਾਂ ਵਾਹ ਬਈ ਵਾਹ। ਜਦੋਂ ਅਸੀਂ ਗਾਣੇ 'ਚ ਗੱਲ ਕਰਦੇ ਹਾਂ ਸਾਨੂੰ ਕਹਿੰਦੇ ਤੂੰ ਬਾਰਡਰ 'ਤੇ ਜਾਵੜਾ, ਹੈ ਨਾ, ਨੈੱਟਫਲਿਕਸ ਆ, ਐਮਾਜ਼ੋਨ ਆ, ਉਹਦੇ 'ਤੇ ਕਿਹੋ ਕਿਹੋ ਜਿਹਾ ਕੰਟੈਂਟ ਪਿਆ ਬਾਈ ਤੁਹਾਨੂੰ ਵੀ ਪਤਾ, ਉਹਨਾਂ ਨੇ ਵੀ ਇਹੀ ਗੱਲ ਕਰੀ ਸੀ, ਘਰੇ ਪਿਆ, ਘਰੇ ਘਰੇ ਪਿਆ, ਕੀ ਕੁਛ ਪਿਆ ਉਹਦੇ 'ਤੇ ਦੇਖ ਨਹੀਂ ਸਕਦੇ ਆਪਾਂ, ਫਿਲਮ ਚੂਜ਼ ਕਰਕੇ ਲਾਉਣੀ ਪੈਂਦੀ ਆ ਕਈ ਵਾਰੀ, ਇਹੋ ਜਿਹਾ ਕੁਛ ਤਾਂ ਨਹੀਂ ਅਸੀਂ ਕਰਦੇ। ਮਤਲਬ ਹੁਣ ਬਾਈ ਇਹ ਗਾਣੇ ਜੇ ਪਹਿਲਾਂ ਆਏ, ਮੈਂ ਵੀ ਜੇ ਛੋਟੇ ਹੁੰਦੇ ਨੇ ਸੁਣੇ ਤਾਂ ਹੀ ਮੈਂ ਇਹੋ ਜਿਹੇ ਲਿਖੇ, ਅਸੀਂ ਤਾਂ ਆਪ ਵਿਕਟਮ, ਜੇ ਆਪਾਂ ਇਸ ਗੱਲ ਨੂੰ ਗਲਤ ਕਹਿੰਦੇ ਹਾਂ ਤਾਂ ਸਾਰਿਆਂ ਨਾਲੋਂ ਵੱਡਾ ਵਿਕਟਮ ਤਾਂ ਅਸੀਂ ਹਾਂ, ਸਾਡੇ ਵੇਲੇ ਵੀ ਤਾਂ ਆਉਂਦਾ ਸੀ ਜੱਟ ਲੈ ਤੁਰ ਰਫਲਾਈ ਛਾਂ ਕਰਕੇ, ਹੈ ਨਾ, ਆਉਂਦਾ ਹੀ ਸੀਗਾ ਵੀ ਫਾਇਰ ਹੋ ਜੂ, ਐਂ ਹੋ ਜੂ, ਕਿੰਨੀਆਂ ਮਦੂਕ 'ਤੇ ਰਫਲ 'ਤੇ ਪਹਿਲਾਂ ਵੀ ਗਾਣੇ ਆਏ ਨੇ, ਸਾਨੂੰ ਉਹ ਇੰਟਾਈਸ ਕਰਦੀ ਸੀ ਚੀਜ਼, ਮਤਲਬ ਜਸ਼ੀਲੀ ਗੱਲ ਆ, ਅਸੀਂ ਉਹਨੂੰ ਕਦੇ ਕੁੱਟਮਾਰ ਕਰਨ ਨਾਲ ਜਾਂ ਕਿਸੇ ਦੀ ਕੁੜੀ ਕੱਢ ਕੇ ਲਿਆਉਣ ਲਈ ਤਾਂ ਨਹੀਂ ਲਿਖਦੇ ਸੀ। ਮਤਲਬ ਇਹ ਗੱਲ ਸਮਝਣ 'ਚ ਗਲਤੀ ਹੋ ਜਾਂਦੀ ਹੈ ਬਾਈ, ਥੋੜ੍ਹਾ ਜਿਹਾ ਮਚਿਓਰ ਹੋਣਾ ਪੈਣਾ, ਆਪਾਂ ਤਵਾ ਬਹੁਤਾ ਹੀ ਲਾ ਜਾਂਦੇ ਹਾਂ ਕਈ ਵਾਰ, ਕ੍ਰਿਟੀਸਾਈਜ਼ ਕਰਨ ਵਾਲੀ ਗੱਲ ਕ੍ਰਿਟੀਸਾਈਜ਼ ਹੋਣੀ ਵੀ ਚਾਹੀਦੀ ਹੈ ਜੀ, ਤੁਹਾਡਾ ਵੀ ਫਰਜ਼ ਆ, ਤੁਸੀਂ ਇਖਲਾਕੀ ਫਰਜ਼ ਨਿਭਾਉਂਦੇ ਹੋ, ਗਲਤ ਸਵਾਲ ਵੀ ਤੁਸੀਂ ਸਾਨੂੰ ਪੁੱਛਦੇ ਹੋ ਵੀ ਵੀ ਬਾਈ ਇੱਥੇ ਗਲਤ ਕੀਤਾ, ਹੈ ਨਾ, ਗਲਤ ਕਰਨ ਵਾਲੇ ਤਾਂ ਤੁਸੀਂ ਸਹੀ ਸਵਾਲ ਵੀ ਕਰਦੇ ਹੋ ਵੀ ਯਾਰ ਬਾਈ ਇਹ ਗਲਤ ਸੀਗਾ, ਸਾਡੀ ਥੋੜ੍ਹੀ ਕੀ ਰਾਏ ਆ ਇਹਦੇ 'ਤੇ, ਸਵਾਲ ਹੋਣੇ ਚਾਹੀਦੇ। ਪਰ ਬਈ ਮਾਵਾਂ ਭੈਣਾਂ ਦੀਆਂ ਗਾਲਾਂ ਜੋ ਮੂੰਹ 'ਚ ਆ ਰਿਹਾ ਥੱਲੇ ਕਮੈਂਟਾਂ 'ਚ, ਆਮ ਬੰਦੇ ਨੂੰ ਅੱਜ ਮੈਂ ਇੱਕ ਸਵਾਲ ਕਰਦਾ, ਤੁਹਾਡੀ ਪੋਸਟ ਥੱਲੇ ਇੱਕ ਕਮੈਂਟ ਮਾਂ ਦੀ ਗਾਲ ਦਾ ਆ ਜਾਵੇ ਨਾ, ਤੁਸੀਂ ਬੰਦੇ ਦਾ ਅਕਾਊਂਟ ਲੱਭ ਕੇ ਉਹਦੇ ਘਰ ਉਹਦਾ ਸਿਰ ਪਾੜਨ 'ਤੇ ਜਾਓਗੇ, ਸਾਨੂੰ ਹਜ਼ਾਰਾਂ 'ਚ ਆਉਂਦੇ ਆ, ਉਹ ਸਾਡੀ ਫੀਲਿੰਗ ਦਾ ਕੌਣ ਦੇਖੂਗਾ, ਅਸੀਂ ਉਹਨਾਂ ਨਾਲ ਲੜਦੇ ਵੀ ਨਹੀਂ, ਅਸੀਂ ਫਿਰ ਹੱਥ ਜੋੜ ਕੇ ਲੰਘ ਜਾਂਦੇ ਹਾਂ ਸ਼ੋਅ 'ਤੇ, ਕਈ ਵਾਰੀ ਕੋਈ ਸਾਨੂੰ ਥੱਲੋਂ ਗਾਲ ਕੱਢ ਜਾਂਦਾ ਮਾਂ ਦੀ, ਖੂਨ ਖੋਲਦਾ ਸਾਡਾ ਵੀ, ਅੱਗ ਲੱਗਦੀ ਹੈ ਬਥੇਰੀ, ਜਵਾਬ ਵੀ ਦੇਈਦਾ ਗਾ, ਪਰ ਉਸ ਤਰੀਕੇ ਨਾਲ ਦੇਈਦਾ ਵੀ ਚੱਲ ਯਾਰ ਸੁਣਦਾ, ਸਾਡੇ ਤੋਂ ਇੱਕ ਵੀ ਗਲਤੀ ਹੋ ਜਾਵੇ 19-21 ਹੋ ਜਾਵੇ ਸਾਡਾ ਕੈਰੀਅਰ ਖਤਮ ਆ, ਸਾਹਮਣੇ ਵਾਲਾ ਭਾਵੇਂ ਮਾਂ ਭੈਣ ਦੀਆਂ ਗਾਲਾਂ ਕੱਢੀ ਜਾਵੇ, ਇਹ ਕਿੱਥੋਂ ਦਾ ਹੋਆ ਵੀ ਸਹੀ ਕ੍ਰਿਟੀਸਿਜ਼ਮ ਨਹੀਂ ਬਾਈ ਹੁੰਦਾ, ਕ੍ਰਿਟੀਸਿਜ਼ਮ ਹੋਣਾ ਚਾਹੀਦਾ, ਸਹੀ ਨਹੀਂ ਹੁੰਦਾ, ਇਹ ਮੇਰਾ ਰੋਸਾ, ਗਨ ਕਲਚਰ ਕੋਈ ਐਡੀ ਗੱਲ ਨਹੀਂ ਹੁੰਦੀ। ਹੁਣ ਤੁਸੀਂ ਨਹੀਂ ਬਾਈ ਰਫਲਾਂ ਲੈ ਕੇ ਅੰਦਰ ਵੜੇ, ਤੁਹਾਡਾ ਹੋਰ ਕਿੱਤਾ, ਤੁਸੀਂ ਇਸ ਪਾਸੇ ਗਏ ਨਹੀਂ, ਮੈਂ ਤੁਹਾਡੇ ਮੂਹਰੇ ਐਂ ਰਫਲਾਂ ਲੈ ਕੇ ਵੜਿਆ, ਉਹ ਮੇਰਾ ਕਿੱਤਾ, ਔਨ ਸਕਰੀਨ ਉਹੀ ਅਮਰੀਸ਼ ਪੁਰੀ ਸੀਗਾ, ਇੱਕ ਫਿਲਮ 'ਚ ਸੰਤ ਬਣਿਆ, ਇੱਕ ਫਿਲਮ 'ਚ ਉਹਨੇ ਰੇਪਿਸ ਦਾ ਕਰੈਕਟਰ ਕੀਤਾ, ਅਮਰੀਸ਼ ਪੁਰੀ ਨੇ ਉਹਦਾ ਕੰਮ ਕੀਤਾ ਜੀ, ਸੋ ਇਹ ਸਾਡਾ ਕੰਮ ਆ, ਔਨ ਸਕਰੀਨ ਇੱਕ ਕਰੈਕਟਰ ਆ, ਇੱਕੋ ਜਿਹੇ ਗਾਣੇ ਤਾਂ ਅਸੀਂ ਵੀ ਨਹੀਂ ਲਿਖੇ, ਮਾਂ ਬਾਪ ਦੇ ਗਾਣੇ ਅਸੀਂ ਵੀ ਲਿਖੇ, ਸਿੱਧੂ ਨੇ ਵੀ ਲਿਖੇ, ਬਿਲਕੁਲ ਪੱਗ ਦੀ ਪੂਣੀ ਗਾਣਾ ਮੈਂ ਵੀ ਲਿਖਿਆ, ਸਿੱਧੂ ਨੇ ਵੀ ਬਹੁਤ, ਪੰਜਾਬ ਲਈ ਵੀ ਗਾਣੇ ਲਿਖੇ, ਮੌਕਾ ਨਹੀਂ ਕਈ ਵਾਰੀ ਦਿੰਦੇ ਲੋਕ, ਬਹੁਤ ਛੇਤੀ ਜੱਜ ਕਰ ਜਾਂਦੇ, 28-29 ਸਾਲ ਦਾ ਸੀਗਾ, ਉਹ ਤਾਂ ਲੇਬਲ ਹੀ ਲੱਗਦਾ, ਹੌਲੀ ਹੌਲੀ ਏਜ ਵੱਧਦੀ ਹੈ, ਹੌਲੀ ਹੌਲੀ ਮੈਚੋਰਿਟੀ ਆਉਂਦੀ ਹੈ, ਸਮਾਂ ਲੱਗਦਾ, ਪਰ ਉਹ ਜਾਂਦਾ ਜਾਂਦਾ ਬਹੁਤ ਕੁਛ ਧੋ ਗਿਆ, ਉਹ ਦੱਸ ਗਿਆ ਕਿ ਦੁਨੀਆ ਨੂੰ ਮੈਂ ਕੀ ਸੀ, ਤੁਸੀਂ ਮੈਨੂੰ ਕੀ ਸਮਝਿਆ ਅਤੇ ਮੈਂ ਕੀ ਸੀ, ਬਾਈ ਆਪਦੇ ਹੇਟਰਾਂ ਨੂੰ ਰਵਾ ਗਿਆ ਯਾਰ,
ਤੁਸੀਂ ਮੈਨੂੰ ਦੱਸੋ ਜੀ ਹੈ ਨਾ। ਇਹ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਬਾਈ, ਇਹ ਇੱਕ ਥੋੜ੍ਹਾ ਜਿਹਾ ਬੈਲੈਂਸ ਹੋਣਾ ਜ਼ਰੂਰੀ ਆ। ਇੱਕ ਤਰਫਾ ਬਹੁਤ ਚੱਲ ਪੈਂਦੇ ਹਾਂ ਕਈ ਵਾਰੀ ਆਪਾਂ, ਹਨੇਰੀਓ ਹੀ ਬੰਨ ਦਿੰਦੇ ਹਾਂ ਇੱਕ ਚੀਜ਼ ਦੀ। ਮੈਂ ਇੱਕ ਦਿਨ ਪੋਸਟ ਪਾਈ ਸਿੱਧੂ ਇਲੈਕਸ਼ਨ 'ਚ ਖੜਾ ਹੋਇਆ ਜੀ, ਕਿਉਂਕਿ ਮੇਰਾ ਯਾਰ ਸੀਗਾ, ਮੇਰਾ ਉਹਨੂੰ ਬੈਸਟ ਵਿਸ਼ਸ ਦੇਣਾ, ਹੱਲਾਸ਼ੇਰੀ ਦੇਣਾ ਵੀ ਮੇਰਾ ਫਰਜ਼ ਸੀ। ਮੈਂ ਪੋਸਟ ਪਾਈ ਜੀ, ਥੱਲੇ ਬਾਈ ਦੇ ਗਾਲ ਲੈ ਗਾਲ, ਫਲਾਨਾ ਜੀ ਐਂ ਹੋ ਗਿਆ, ਧਮਕਾ ਐਂ ਹੋ ਗਿਆ, ਮੈਨੂੰ ਮੈਨੂੰ ਅੱਡ ਕੱਢੀਆਂ, ਸਿੱਧੂ ਨੂੰ ਲੋਕਾਂ ਨੇ ਅੱਡ ਕੱਢੀਆਂ। ਅੱਜ ਉਹੀ ਅਕਾਊਂਟਾਂ ਵਾਲੇ ਲੋਕ, ਮੈਂ ਆਪਾਂ ਆਫ ਕੈਮਰਾ ਗੱਲ ਕਰਦੇ ਸੀ, ਅਕਾਊਂਟ ਤੁਹਾਡੇ ਯਾਦ ਰਹਿ ਜਾਂਦਾ ਜਿਹਨੇ ਸਭ ਤੋਂ ਗੰਦੀ ਗਾਲ ਕੱਢੀ ਹੋਵੇ ਵੀ ਇਹ ਯਾਰ ਇਹ ਅਕਾਊਂਟ 'ਤੇ ਮੈਨੂੰ ਗਾਲ ਆਈ। ਉਹੀ ਅਕਾਊਂਟ ਵਾਲੇ ਲੋਕ ਅੱਜ ਮੈਨੂੰ ਮੈਸੇਜ ਕਰ ਕਰਕੇ ਰੋਈ ਜਾਂਦੇ ਨੇ, ਬਾਈ ਸਿੱਧੂ ਬਾਈ ਦੀ ਯਾਦ ਆ ਰਹੀ, ਉਹਦੇ ਗਾਣੇ ਐਨਰਜੀ ਦਿੰਦੇ ਸੀ। ਦੋਗਲਾਪਣ ਕਿਉਂ ਯਾਰ, ਦੋਗਲਾਪਣ ਕਾਹਤੋਂ, ਜਿਉਂਦੇ ਜੀ ਵੀ ਕਦਰ ਉਨੀ। ਸਿੱਧੂ 'ਚ ਵੀ ਇੱਕ ਆਪਣੀ ਖਾਸੀਅਤ ਸੀ, ਉਹਨੇ ਲਾਈਨ ਖਿੱਚਤੀ ਸੀ ਵੀ ਨਹੀਂ ਮੈਂ ਲਾਈਨ ਦੇ ਇਸ ਪਰ ਖੜੂੰਗਾ, ਮੈਂ ਵੱਖਰਾ ਗਾ ਵੱਖਰਾ। ਖਾਸ ਕਰਕੇ ਜਿਵੇਂ ਤੁਸੀਂ ਗੱਲ ਕਰਦੇ ਹੋ ਗੋਨੇਆਣੇ ਦੀ, ਆਪਦੇ ਖਿੱਤੇ ਦੀ ਗੱਲ ਕਰਦੇ ਹੋ, ਕਰਨੀ ਵੀ ਚਾਹੀਦੀ, ਹਰ ਕਲਾਕਾਰ ਕਰਦਾ ਗਾ, ਪਰ ਸਿੱਧੂ ਗੱਲ ਵੀ ਕਰਿਆ ਕਰੀ ਉਹਨੇ, ਉੱਥੇ ਰਿਹਾ ਵੀ ਉਵੇਂ ਹੀ ਵਿਚਰਦਾ ਰਿਹਾ। ਅਤੇ ਜਿਵੇਂ ਗਿੱਪੀ ਗਰੇਵਾਲ ਨੇ ਇੱਕ ਵਾਰ ਸਟੇਜ 'ਤੇ ਵੀ ਕਿਹਾ ਸੀ ਵੀ ਅਸੀਂ ਚੰਡੀਗੜ੍ਹ ਵਰਗੇ ਜਾਂ ਬਾਹਰ ਸ਼ਹਿਰਾਂ 'ਚ ਰਹਿੰਦੇ ਹਾਂ, ਇਹਨੇ ਕੋਠੀ ਵੀ ਪਿੰਡ ਪਾਈ ਆ। ਤੁਸੀਂ ਦੇਖੋ ਅਖੀਰ 'ਚ ਉੱਥੇ ਹੀ ਉਹਨੇ, ਉੱਥੇ ਹੀ ਗਿਆ, ਉੱਥੇ ਹੀ ਰਿਹਾ, ਹਾਂ ਉੱਥੋਂ ਹੀ ਉਹ ਚਲਾ ਗਿਆ। ਹਾਂ ਬਥੇਰਿਆਂ ਨੇ ਉਹਨੂੰ ਮੇਰੇ ਬੈਠਿਆਂ ਤੋਂ ਵੀ ਸਲਾਹਾਂ ਦਿੱਤੀਆਂ ਵੀ ਤੂੰ ਉੱਥੇ ਕੀ ਕਰਦਾ ਯਾਰ। ਹਾਂ ਹੁਣ ਉਹ ਕਿਹਨੂੰ ਕਿਹਨੂੰ ਬੋਲ ਕੇ ਦੱਸੀ ਜਾਵੇ ਵੀ ਬਾਈ ਜਿੱਥੇ ਜੀ ਲੱਗਦਾ ਜਿੱਥੇ ਰਹੂਗਾ ਉੱਥੇ ਰਹੂੰਗਾ। ਉਹ ਚੀਜ਼ ਦੀ ਕਿੰਨੇ ਕੁ ਬੰਦੇ ਨੇ ਸ਼ਾਬਾਸ਼ੀ ਦਿੱਤੀ ਬਾਈ, ਜਿਹੜੇ ਉਹਦੇ ਫੈਨ ਸੀ ਉਹਨਾਂ ਨੇ ਦਿੱਤੀ, ਪੱਤਰਕਾਰਤਾ ਵਿੱਚ ਵੀ ਜਾਂ ਹੋਰ ਬਿਲਕੁਲ ਵਿੱਚ ਬਹੁਤ ਘੱਟ ਟਾਈਮ ਹੋਇਆ ਕਿਤੇ ਸਪੈਸ਼ਲ ਕਿਸੇ ਨੇ ਬੋਲਿਆ ਹੋਵੇ ਵੀ ਸ਼ਾਬਾਸ਼ ਹੈ ਮੁੰਡਾ ਤੈਨੂੰ, ਤੂੰ ਪਿੰਡ ਹੀ ਰਹਿੰਦਾ ਯਾਰ, ਵੀ ਤੈਨੂੰ ਕਾਲੇ ਗੋਰੇ ਵੀ ਸੁਣਦੇ ਆ, ਤੂੰ ਫਿਰ ਵੀ ਇੱਥੇ ਬੈਠਾ। ਬੰਦਾ ਜਿਹਨੂੰ ਡਰੇਕ ਫੋਲੋ ਕਰਦਾ ਹੋਵੇ ਉਹ ਪਿੰਡ 'ਚ ਕਿਸੇ ਨਾਲ ਆਈ ਤਵੀਆਂ ਘੜੀਸ ਕੇ ਆਈ ਪੈਲੀ ਉਹ ਕਰੇ ਆਉਂਦਾ ਸੀ, ਸਿਰਫ 3 ਦਿਨ ਪਹਿਲਾਂ ਭਰਤ ਵੀ ਪਾਈ ਜਾਂਦੇ ਸੀ, ਭਰਤ ਪਾਇਆ ਆਉਂਦਾ ਸੀਗਾ ਜਿੱਥੇ। ਹੁਣ ਮਤਲਬ ਵੀ ਉਹ ਤਾਂ ਐਪਰੀਸ਼ੀਏਟ ਕਰੋ ਵੀ ਹੈ ਨਾ ਸਿਸ ਬਈ, ਉਹ ਇੱਕ ਕਲਾਕਾਰ ਨੂੰ ਨਾ ਸਮਝਣ ਲਈ, ਹੋਰ ਇੱਕ ਕਲਾਕਾਰ ਹੀ ਕਲਾਕਾਰ ਨੂੰ ਸਮਝ ਸਕਦਾ, ਆਰਟ ਨੂੰ ਆਰਟ ਸਮਝਦੀ ਹੈ। ਆਰਟ ਨੂੰ ਲੋਕ ਕਈ ਵਾਰੀ ਉਹਦੀਆਂ ਕਈ ਪਰਿਭਾਸ਼ਾ ਬਣਾ ਲੈਂਦੇ ਆ, ਆਰਟ ਨੂੰ ਹਰ ਇੱਕ ਆਡੀਅੰਸ ਆਪਦੀ ਪਰਸੈਪਸ਼ਨ ਦੇ ਹਿਸਾਬ ਨਾਲ ਸੁਣਦੀ ਹੈ ਨਾ। ਉਹ ਜਿਹੜੀ ਪਰਸੈਪਸ਼ਨ ਹੈ ਉਹ ਇੱਕ ਆਰਟ ਨੂੰ ਆਰਟ ਸਮਝ ਸਕਦੀ ਹੈ ਜਾਂ ਆਰਟ ਨੂੰ ਸਮਝਣ ਵਾਲਾ ਬੰਦਾ ਉਸ ਲੈਵਲ 'ਤੇ ਜਾ ਸਕਦਾ। ਸਿੱਧੂ ਨੂੰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਅੱਜ ਹਰੇਕ ਬੰਦਾ ਪਛਤਾ ਰਿਹਾ, ਮੱਥੇ 'ਤੇ ਹੱਥ ਮਾਰ ਰਿਹਾ ਵੀ ਇਹਨੂੰ ਸਮਝ ਨਹੀਂ ਸਕੇ। ਇਹ ਗਲਤੀ ਆਪਾਂ ਅੱਗੇ ਤੋਂ ਨਾ ਕਰੀਏ, ਇਹ ਜੋ ਹੋਇਆ ਹੈ ਵਾਪਸ ਤਾਂ ਆਉਣਾ ਨਹੀਂ, ਪਰ ਹੱਥ ਜੋੜਦਾ ਮੈਂ ਰੱਬ ਦਾ ਵਾਸਤਾ, ਨਿੰਦਣ 'ਤੇ ਜਾਂ ਉਈ ਗਾਲਾਂ ਕੱਢੀ ਜਾਣੀਆਂ ਵੀ ਮੈਨੂੰ 4 ਲੋਕ ਦੇਖ ਲੈਣਗੇ ਉਹਦਾ ਨਾਮ ਲੈ ਕੇ, ਇਹ ਆਪਾਂ ਨਾ ਕਰਿਆ ਕਰੀਏ ਵੀਰੋ। ਤੁਸੀਂ ਸਿਆਣੇ ਬਿਆਣੇ ਹੋ, ਮੈਂ ਬਹੁਤ ਛੋਟਾ, ਅਕਲ ਮੈਨੂੰ ਘੱਟ ਆ, ਪਰ ਮੈਂ ਰਿਕੁਐਸਟ ਹੀ ਕਰਦਾ। ਖਾਸ ਕਰਕੇ ਤੁਸੀਂ ਆਫ ਰਿਕਾਰਡ ਵੀ ਗੱਲ ਕਰ ਰਹੇ ਸੀ, ਵੈਸੇ ਵੀ ਮੈਂ ਗੱਲਾਂ ਬਾਤਾਂ ਜੋ ਮੈਨੂੰ ਪਤਾ ਲੱਗੀਆਂ ਗਈਆਂ ਉਹਨਾਂ ਦੇ ਬੇਬੇ ਬਾਪੂ ਜੀ ਕੋਲ ਤੁਸੀਂ ਅਕਸਰ, ਚਲੋ ਤੁਹਾਡਾ ਇਖਲਾਕੀ ਫਰਜ਼ ਵੀ ਬਣਦਾ, ਵੈਸੇ ਵੀ ਯਾਰ ਦੋਸਤ ਸੀ, ਮਿੱਤਰ ਸੀ, ਵੈਸੇ ਸਾਰਿਆਂ ਦਾ ਹੀ ਬਣਦਾ ਗਾ, ਖਾਸ ਕਰਕੇ ਸਾਡੇ ਵਾਲੇ ਕਿੱਤੇ ਵਾਲਿਆਂ ਦਾ ਵੀ ਬਣਦਾ ਗਾ। ਹੁਣ ਜਾਂਦੇ ਹੋ, ਜਾਇਆ ਕਰੋਗੇ, ਜਾਣਾ ਵੀ ਆ, ਪਰ ਕਿਤੇ ਨਾ ਕਿਤੇ ਜਿਹੜੀ ਉਹ ਚੀਜ਼ ਆ ਜਾਂ ਉਸ ਚੀਜ਼ ਨੂੰ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਗਾਵਾਂ ਰਹਿੰਦੀ ਉਮਰ ਤੱਕ ਉਹਨਾਂ ਦੇ ਸੀਨੇ ਦੇ ਵਿੱਚ ਤਾਂ ਰਹੂਗਾ, ਪਰ ਉਹਨੂੰ ਕਿਸੇ ਤਰੀਕੇ ਦੇ ਨਾਲ ਘੱਟ ਕਰਿਆ ਜਾ ਸਕਦਾ, ਜਾਂ ਜੋ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਵੱਲੋਂ ਜਾਂ ਹੋਰ ਦੋਸਤ ਮਿੱਤਰਾਂ ਵੱਲੋਂ ਕੋਈ ਪਹਿਲਕਦਮੀ ਹੋਣੀ ਚਾਹੀਦੀ ਜਾਂ ਇੱਦਾਂ ਦੀ ਕੋਈ ਚੀਜ਼? ਮੈਂ ਇੱਕ ਥਾਂ 'ਤੇ ਲਿਖ ਕੇ ਪਾਇਆ ਸੀਗਾ ਵੀ ਯਾਰੀ ਨਿਭਾਉਣ ਦੀ ਅਖੀਰਲੇ ਸਾਹ ਤੱਕ ਟਰਾਈ ਕਰੂੰਗਾ, ਹੈ ਨਾ, ਕੋਸ਼ਿਸ਼ ਕਰੂੰਗਾ ਅਖੀਰਲੇ ਸਾਹ ਤੱਕ। ਮੈਂ ਅੱਜ ਵੱਡੇ ਵੱਡੇ ਬਿਆਨ ਦੇਈ ਜਾਵਾਂ ਕੈਮਰੇ ਮੂਹਰੇ ਆ ਕੇ, ਅੱਜ ਉਹ ਸਾਡਾ ਭਰਾ ਸਾਡੇ 'ਚ ਹੈ ਨਹੀਂ, ਇਹਦੀ ਕੋਈ ਤੁੱਕ ਨਹੀਂ ਬਣਦੀ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਮੈਂ ਫੇਰ ਨਿਬੇੜਦਾ ਕਿ ਮਾਂ ਬਾਪ, ਜੇ ਉੱਥੇ ਮੈਂ ਜਾਂਦਾ ਸੀ ਤਾਂ ਉਸ ਘਰ ਦੀ ਮੈਂ ਵੀ ਰੋਟੀ ਖਾਧੀ, ਉਹਨੇ ਮੇਰੇ ਘਰ ਦੀ ਵੀ ਰੋਟੀ ਖਾਧੀ। ਯਾਰ ਦੋਸਤ ਦੇ ਮਾਂ ਬਾਪ ਸਾਂਝੇ ਹੁੰਦੇ ਆ, ਜੇ ਆਪਾਂ ਉਹਨੂੰ ਭਰਾ ਕਹਿੰਦੇ ਸੀ ਉਹ ਮੈਨੂੰ ਬਾਈ ਕਹਿ ਦਿੰਦਾ ਸੀ, ਜਾਂ ਮੈਂ ਉਹਨੂੰ ਸਿੱਧੂ ਕਹਿ ਦਿੰਦਾ ਸੀ, ਹੱਸੀ ਖੇਡੀ ਜਾਣਾ, ਹੈ ਨਾ। ਅੱਜ ਸਾਡਾ ਇਹ ਫਰਜ਼ ਹੈ, ਜੇ ਅੱਜ ਉਹ ਸਾਡਾ ਭਰਾ ਹੈ ਨਹੀਂ, ਅਸੀਂ ਫਿਰ ਕਿਹੜੇ ਯਾਰ ਆ? ਕੱਲ੍ਹ ਨੂੰ ਕੋਈ ਅੰਕਲ ਨੂੰ, ਸਾਡੇ ਅੰਕਲ ਨੂੰ, ਸਾਡੇ ਬਾਪੂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ, ਜੇ ਅਸੀਂ ਖੜ ਹੀ ਨਹੀਂ ਸਕਦੇ ਫਿਰ ਅਸੀਂ ਕਾਹਦੇ ਯਾਰ ਸੀ? ਇਹਦਾ ਮਤਲਬ ਫਿਰ ਅਸੀਂ ਵੀ ਸਿੱਧੂ ਦੀ ਵੀ ਚੜ੍ਹਾਈ ਸੀਗੀ, ਠੀਕ ਹੈ ਫਿਰ ਅਸੀਂ ਵੀ ਆਈ ਸੀਗੇ ਵੀ ਚਲੋ ਵੀ ਆਹ ਮੁੰਡਾ ਅੱਜ ਵਧੀਆ ਕਰ ਰਿਹਾ, ਇਹਦੇ ਨਾਲ ਹੋ ਜਾਓ, ਫਿਰ ਤਾਂ ਇਹਦਾ ਮਤਲਬ ਇਹੀ ਨਿਕਲੂ ਜੇ ਅਸੀਂ ਬਾਅਦ 'ਚ ਨਹੀਂ ਖੜੇ। ਸੋ ਇਹੀ ਹੈ ਕਿ ਕਿਤੇ ਵੀ ਉਹਨਾਂ ਨੂੰ ਜ਼ਿੰਦਗੀ 'ਚ ਲੋੜ ਪਈ, ਉਹਨਾਂ ਨੂੰ ਬੋਲ ਕੇ ਦੱਸਣ ਤੋਂ ਪਹਿਲਾਂ ਅਸੀਂ ਉੱਥੇ ਹਾਜ਼ਰ ਹੋਈਏ। ਹਾਂ, ਇਹ ਨਾ ਹੋਵੇ ਕਿ ਪਹਿਲਾਂ ਉਹਨਾਂ ਨੂੰ ਸਾਨੂੰ ਫੋਨ ਕਰਨਾ ਪਵੇ, ਪੁੱਤ ਮੈਨੂੰ ਆਹ ਕੰਮ ਹੈ, ਸਾਨੂੰ ਪਤਾ ਹੋਵੇ ਵੀ ਅੰਕਲ ਆਂਟੀ ਦਾ ਆਹ ਕੰਮ ਰਹਿੰਦਾ, ਇਹ ਅਸੀਂ ਕਰਨਾ। ਇਕੱਲਾ ਮੈਂ ਨਹੀਂ, 3-4 ਮਿੱਤਰ ਪਿਆਰੇ ਹੋਰ ਵੀ ਸਿੱਧੂ ਦੇ ਬਹੁਤ ਕਲੋਜ਼ ਸੀ, ਅਸੀਂ ਸਾਰੇ ਰਲ ਮਿਲ ਕੇ ਅਸੀਂ ਇਹੀ ਸਲਾਹ ਕਰਦੇ ਸੀ ਹੁਣ ਕਿ ਯਾਰ ਕਿਵੇਂ ਕੀਤਾ ਜਾ ਸਕਦਾ ਗਾ, ਜੀ ਉਹਨਾਂ ਦਾ ਕਿਵੇਂ ਵੱਧ ਲੱਗੇ, ਬਾਹਰ ਲੈ ਕੇ ਜਾਈਏ, ਇਹਨਾਂ ਨੂੰ ਗੇੜਾ ਕਢਾ ਲਏਗੇ ਇੱਕ ਥੋੜ੍ਹਾ ਜਿਹਾ, ਜਿਹਦੇ ਨਾਲ ਮਨ ਥੋੜ੍ਹਾ ਜਿਹਾ ਹੌਲਾ ਹੋ ਜਾਵੇ।
ਪਰ ਹਲੇ ਉਹ ਇਹ ਗੱਲਾਂ ਕਰਨ ਦਾ ਟਾਈਮ ਨਹੀਂ ਸੀ ਕਿਉਂਕਿ ਅੰਦਰੋਂ ਸਦਮਾ ਬਹੁਤ ਹਲੇ ਹੈ ਨਾ ਕਿਵੇਂ ਉਹਨਾਂ ਨੇ ਗੱਲਾਂ ਦੋ ਤਿੰਨ ਵਾਰੀ ਹੁਣ ਮੈਂ ਗਿਆ ਉਹਨਾਂ ਨੇ ਗੱਲਾਂ ਕਰਦੇ ਆ ਨਾ ਜਦੋਂ ਉਹ ਤੁਹਾਡੇ ਨਾਲ ਦੁੱਖ ਵੰਡੇ ਤੋਂ ਘਟਦਾ ਜੀ ਜਦੋਂ ਉਹ ਗੱਲਾਂ ਕਰਦੇ ਆ ਫਿਰ ਥੋੜ੍ਹੇ ਹੌਲੇ ਹੁੰਦੇ ਆ ਵੱਧ ਤੋਂ ਵੱਧ ਉਹਨਾਂ ਨੇ ਗੱਲਾਂ ਕਿਵੇਂ ਕਰੀਏ ਜੇ ਹੁਣ ਮੈਂ ਬਾਹਰ ਜਾਣਾ ਤਾਂ ਬਾਹਰੋਂ ਆ ਕੇ ਕੀ ਮੇਰਾ ਪਲੈਨ ਹੋਊਗਾ ਵੀ ਆਉਣ ਸਾਰ ਪਹਿਲਾਂ ਪਿੰਡ ਜਾ ਕੇ ਆਇਆ ਕਰੀਏ ਬੈਠ ਕੇ ਉੱਠ ਕੇ ਗੱਲਬਾਤ ਕਰਕੇ ਵੀ ਹੈਗੇ ਆ ਬਾਪੂ ਤੇਰੇ ਪੁੱਤ ਹੈਗੇ ਆ ਹਲੇ ਕੋਸ਼ਿਸ਼ ਇਹੀ ਆ ਸਾਡੀ ਤੁਸੀਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਵਾਂਗੂ ਦਰਜ ਹੋ ਗਿਆ ਬਹੁਤ ਵੱਡਾ ਜ਼ਿਕਰ ਆ ਉਹਦੇ ਮਾਂ ਬਾਪ ਦਾ ਬਹੁਤ ਬਹੁਤ ਬਾਈ ਜਦੋਂ ਥਾਪੀ ਮਾਰੀ ਨਾ ਤੇ ਉਦੋਂ ਤਾਂ ਐਂ ਲੱਗਿਆ ਸੱਚੀ ਵੀ ਪਤੰਦਰ ਆਪ ਹੀ ਵਿੱਚ ਆ ਕੇ ਥਾਪੀ ਮਾਰ ਗਏ ਤੇ ਜਦੋਂ ਬੋਲੇ ਨਾ ਉਹ ਅੰਤਿਮ ਅਰਦਾਸ ਦੇ ਵਿੱਚ ਕਿ ਇਹੋ ਜਿਹਾ ਦੁੱਖ ਹੈ ਇਹ ਸਾਰੀ ਉਮਰ ਇਹ ਫੱਟ ਵੱਜ ਗਿਆ ਜਿਹੜਾ ਸੀਨੇ 'ਤੇ ਭਰਨਾ ਤਾਂ ਹੈ ਨਹੀਂ ਪਰ ਤੁਹਾਡਾ ਪਿਆਰ ਦੇਖ ਕੇ ਵੀ ਸਿੱਧੂ ਇਸ ਕੱਦ ਦਾ ਕਲਾਕਾਰ ਅਤੇ ਇਨਸਾਨ ਸੀਗਾ ਲੋਕਾਂ ਦੀਆਂ ਅੱਖਾਂ 'ਚ ਹੰਝੂ ਦੇਖ ਕੇ ਅੰਕਲ ਨੂੰ ਲੱਗਿਆ ਵੀ ਠੀਕ ਆ ਯਾਰ ਸਾਡਾ ਪੁੱਤ ਕਮਾ ਕੇ ਗਿਆ ਇਹਦੇ 'ਚ ਵੀ ਸਿੱਧੂ ਦੀ ਕਾਰਗੁਜ਼ਾਰੀ ਬੋਲਦੀ ਹੈ ਜਿਗਰਾ ਪਿਓ ਪੁੱਤ ਦਾ ਬਾਈ ਸੇਵਾ ਦੇਖਣਾ ਇਹ ਕੋਈ ਉਹ ਵੀ ਸਿੱਧੂ ਮੂਸੇ ਵਾਲਾ ਹੋਵੇ ਜਿਹਦਾ ਪੁੱਤ ਆਪਾਂ ਸਮਝ ਨਹੀਂ ਸਕਦੇ ਧੰਨ ਧੰਨ ਮਤਲਬ ਮਾਂ ਪਿਓ ਨੇ ਧੰਨ ਇਹੀ ਕਹਿ ਸਕਦੇ ਮੈਂ ਜ਼ਰੂਰ ਚਾਹੂੰਗਾ ਜਿਹੜਾ ਤੁਸੀਂ ਇੱਕ ਤੁਹਾਡਾ ਗਾਣਾ ਆਇਆ ਸੀ ਜ਼ਰੂਰ ਸਿੱਧੂ ਨੂੰ ਡੈਡੀਕੇਟ ਹੋਵੇ ਬੰਬੀਹਾ ਬੋਲੇ ਦੀਆਂ ਦੋ ਲੈਣਾ ਬੰਬੀਹਾ ਹੋ ਜੇ ਜਾਂ ਬਾਪੂ ਜੀ 'ਤੇ ਜਿਹੜਾ ਗਾਣਾ ਤੋਂ ਤੁਸੀਂ ਗਾਇਆ ਸੀ ਖਾਸ ਕਰਕੇ ਉਹ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਮੈਂ ਆਪਦੇ ਬਾਪੂ ਦੀਆਂ ਦੋ ਲੈਣਾ ਜੀ ਜੀ ਗਾਣੇ ਦੀਆਂ ਲਾ ਦਿੰਦਾ ਉਹ ਸਾਡੇ ਹੁੰਦੇ ਟੇਡਾ ਟੇਡਾ ਤੈਨੂੰ ਕੌਣ ਚਾਕੂ ਉਹ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਉਹ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਕੋਈ ਹੋਰ ਯਾਦ ਤੁਸੀਂ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਕੋਈ ਉਹਦਾ ਨਾ ਜਦੋਂ ਅਸੀਂ ਪਲੈਨ ਕਰਦੇ ਸੀ ਗਾਣਾ ਮੈਨੂੰ ਉਹਨੇ ਕਰੀ ਜਾਣਾ ਬਾਈ ਲੀੜੇ ਕੱਪੜੇ 'ਚ ਨਾ ਕੋਈ ਮੇਰੇ ਨਾਲ ਦਰਿਆਤ ਕਰਦੀ ਗਾਣੇ 'ਚ ਜਦੋਂ ਅਸੀਂ ਗੱਲ ਕਰਦੇ ਸੀ ਮੈਂ ਵੀ ਉਵੇਂ ਕੋਟ ਪੈਂਟ ਪਾਉਣੇ ਆ ਮੈਨੂੰ ਕੋਟ ਪੈਂਟ 'ਚ ਦਵਾ ਕੇ ਲਿਆਈ ਜਾ ਕੇ ਕੁੜਤੇ ਪਿਆ ਮੈਂ ਜਿੱਥੋਂ ਤੂੰ ਸਵਾਇਆ ਮੈਂ ਤਾਂ ਆਪ ਉੱਥੋਂ ਹੀ ਸਵਾਊਂ ਮੈਨੂੰ ਨਹੀਂ ਪਤਾ ਮੈਨੂੰ ਨਾਲ ਲੈ ਕੇ ਜਾ ਮਤਲਬ ਜਿਵੇਂ ਨਹੀਂ ਬੱਚੇ ਨਹੀਂ ਜਿੱਦ ਕਰਦੇ ਹੁੰਦੇ ਉਹਦੇ ਅੰਦਰ ਇੱਕ ਬੱਚਾ ਸੀ ਬੜਾ ਪਿਆਰਾ ਜਿਹਨੂੰ ਸਾਰਿਆਂ ਨੂੰ ਉਹਦੇ 'ਤੇ ਪਿਆਰ ਹੁੰਦਾ ਸੀ ਬੰਬੀਹਾ ਬੋਲੇ ਗਾਣੇ ਵੇਲੇ ਤੁਸੀਂ ਦੇਖੋ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਸਿੱਧੂ ਕਿਵੇਂ ਦੀ ਵੀਡੀਓ ਕਰੀਏ ਪਲੈਨ ਉਹ ਬਾਈ ਤੂੰ ਦੇਖ ਲਾ ਵੀਰੇ ਯਾਰ ਤੂੰ ਕਰੀ ਜਾਂਦਾ ਗਾਣਾ ਹਲੇ ਤੂੰ ਮੈਨੂੰ ਪੁੱਛੀ ਜਾਂਦਾ ਮੈਂ ਕਿਹਾ ਕੋਈ ਨਹੀਂ ਬਾਈ ਆਪਾਂ ਇਕੱਠੇ ਹੀ ਹਾਂ ਸਿੱਧੂ ਸਲਾਹ ਤਾਂ ਸਲਾਹ ਹੀ ਹੈ ਉਹ ਨਹੀਂ ਨਹੀਂ ਕੋਈ ਸਲਾਹ ਨਹੀਂ ਵੀਰੇ ਮੈਂ ਬੈਠਾ ਕਹਿੰਦਾ ਪਿੰਡ ਆਪਣਾ ਗਾਣਾ ਜਦੋਂ ਤੂੰ ਹੈਗਾ ਕਹਿੰਦਾ ਮੈਨੂੰ ਕੋਈ ਟੈਨਸ਼ਨ ਨਹੀਂ ਗਾਣਾ ਤਿਆਰ ਕਰਵਾ ਵੀਡੀਓ ਕਰਵਾ ਜੋ ਮਰਜ਼ੀ ਮੈਨੂੰ ਜਿੱਥੇ ਸੱਦੇਗਾ ਮੈਂ ਆ ਜਾ ਉਹਦੀਆਂ ਐਡਾ ਭਰੋਸਾ ਕਰਨਾ ਉਹਦਾ ਫਿਰ ਮੇਰੀ ਫਿਲਮ ਆਈ ਉਦੋਂ ਮੈਨੂੰ ਫੋਨ ਆਇਆ ਫਿਲਮ ਨਾਲ ਅਸੀਂ ਪੋਸਟਰ ਪਾਇਆ ਮੈਨੂੰ ਫੋਨ ਕਰਕੇ ਕਹਿੰਦਾ ਕੀ ਗੱਲ ਕਹਿੰਦਾ ਭਰਾ ਦੀ ਯਾਦ ਨਹੀਂ ਆਈ ਮੈਂ ਕੀ ਹੋ ਗਿਆ ਕਹਿੰਦਾ ਗਾਣਾ ਯਾਰ ਕਹਿੰਦਾ ਮੈਂ ਕਹਿੰਦਾ ਤੇਰੀ ਬਾਈ ਤੇਰੀ ਫਿਲਮ ਲਈ ਵੀ ਗਾਣਾ ਗਾ ਸਕਦੇ ਸੀ ਆਪਾਂ ਤੇਰੀ ਫਿਲਮ ਹੈ ਇਹਨੂੰ ਪ੍ਰਮੋਟ ਕਰੀਏ ਉਹ ਮੈਂ ਕੋਈ ਨਹੀਂ ਆਪਣੀ ਦੋਸਤੀ ਆਪਾਂ ਫਿਰ ਗਾਂਹ ਕਰ ਲਾਂਗੇ ਉਹ ਨਹੀਂ ਨਹੀਂ ਬਾਈ ਕਹਿੰਦਾ ਆਏ ਨਹੀਂ ਮਤਲਬ ਆਪਣਾ ਫਰਜ਼ ਵੀ ਸਮਝਦਾ ਹੁੰਦਾ ਸੀ ਮੈਂ ਇਕੱਲਾ ਕਰੀ ਜਾਵਾਂ ਵੀ ਮੈਂ ਉਹਦਾ ਕਰਦਾ ਸੀ ਨਹੀਂ ਉਹ ਵੀ ਆਪਦੇ ਫਰਜ਼ ਕਰਕੇ ਉਹਦੇ ਉਹ ਗੱਲ ਵੀ ਸੀਨੇ 'ਚ ਬੋਲਦੀ ਸੀ ਨਾ ਫਿਰ ਜਿਹੜਾ ਪਹਿਲਾ ਗਾਣਾ ਆਇਆ ਤੁਸੀਂ ਉਹਨੂੰ ਬੁਲਾਇਆ ਬਹੁਤ ਵੱਡੀ ਗੱਲ ਸੀ ਆਪਣੇ ਆਪ ਦੇ ਮਤਲਬ ਉਹ ਸਾਡਾ ਪਿਆਰ ਪੈ ਜਾਣਾ ਇੱਕੋ ਗੱਲ ਦਾ ਬਸ ਦੁੱਖ ਰਹੂਗਾ ਕਿ ਜਿਹੜੇ ਇੱਕ ਨਵੇਂ ਉੱਭਰਦੇ ਕਲਾਕਾਰ ਨਾਲ ਮੈਂ ਉਹਨੂੰ ਸਿਰਫ ਹੱਲਾਸ਼ੇਰੀ ਦੇਣ ਨੂੰ ਹੱਥ ਮਿਲਾਇਆ ਸੀ ਉਹਦੇ ਫੁੱਲ ਵੀ ਮੈਂ ਚੁਗੂੰਗਾ ਬਸ ਇਹ ਨਹੀਂ ਸੀ ਉਹ 'ਚ ਇੰਨੀ ਮਿੱਤਰਤਾ ਪੈ ਜੂ ਐਡੀ ਉਹਦੀ ਚੜ੍ਹਾਈ ਹੋ ਜੂ ਸਾਡਾ ਗਾਣਾ ਆਊ ਉਹ ਐਡਾ ਰਿਕਾਰਡ ਤੋੜ ਜੂ ਗੋਰਿਆਂ ਦੇ ਗਾਣੇ ਦੇ ਰਿਕਾਰਡ ਤੋੜਦੇ ਸੀ ਬਾਈ ਉਹ ਗਾਣੇ ਇੰਨਾ ਪਿਆਰ ਅਤੇ ਐਂ ਜਾ ਵੜੂ ਬਸ ਮੈਨੂੰ ਕਹਿੰਦਾ ਸੀ ਆ ਜਾ ਬਾਈ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਉਹ ਵੀ ਨਾਲ ਹੀ ਲੈ ਕੇ ਜਾ ਵੜਿਆ ਉਹ ਗੱਲ ਦਾ ਜਦੋਂ ਗਾਂਹ ਮੈਂ ਵੱਡਾ ਵੀ ਹੋ ਗਿਆ ਗਾਂਹ ਮੇਰੇ ਜਵਾਕ ਜੱਲੇ ਵੀ ਹੋ ਗਏ ਮੈਂ ਉਹਨਾਂ ਨੂੰ ਦੱਸਿਆ ਕਰੂੰਗਾ ਵੀ ਤੁਹਾਡਾ ਚਾਚਾ ਹੁੰਦਾ ਸੀ ਸਿੱਧੂ ਮੂਸੇ ਵਾਲਾ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਪੈਣੀ ਜਿੱਡੀ ਉਹ ਤਕੜੀ ਚੀਜ਼ ਸੀ ਪਰ ਉਹਨਾਂ ਨੂੰ ਬਿਠਾ ਬਿਠਾ ਦੱਸਿਆ ਕਰੂੰ ਵੀ ਐਂ ਗਾਣੇ ਕਰਦਾ ਹੁੰਦਾ ਸੀ ਐਂ ਕਰਦਾ ਹੁੰਦਾ ਸੀ ਇੱਥੋਂ ਐਂ ਜਾਂਦਾ ਹੁੰਦਾ ਸੀ ਐਂ ਉਹਦੇ ਗਾਣੇ ਚੱਲਦੇ ਹੁੰਦੇ ਸੀ ਉੱਥੇ ਚੱਲਦੇ ਹੁੰਦੇ ਸੀ ਉਹ ਮੇਰਾ ਫਰਜ਼ ਆ ਬਾਈ ਮੈਂ ਤਾਂ ਐਨ ਲਾਊਡ ਸਪੀਕਰ ਬਣ ਕੇ ਜਿੰਨੇ ਜੋਗਾਂ ਜੀ ਮੈਂ ਤਾਂ ਗੱਲ ਪਹੁੰਚਾਉਂਗਾ ਗਾਂਹ ਵਾਲੀ ਪੀੜ੍ਹੀ ਤੱਕ ਕਿਉਂਕਿ ਵੈਸੇ ਤਾਂ ਪਹੁੰਚਾਉਣ ਦੀ ਲੋੜ ਨਹੀਂ ਪਰ ਜਿੰਨਾ ਮੈਂ ਕਰ ਸਕਦਾ ਮੈਂ ਤਾਂ ਕਰੂੰਗਾ ਜਾਂਦੇ ਜਾਂਦੇ ਲਾਸਟ ਸਵਾਲ ਹੋ ਸਕਦਾ ਇਹ ਮੇਰੇ ਲਈ ਥੋੜ੍ਹਾ ਜਿਹਾ ਕੰਟਰੋਵਰਸ਼ਲ ਹੋ ਜੇ ਤੁਸੀਂ ਇਹ ਜਵਾਬ ਨਹੀਂ ਵੀ ਦੇਣਾ ਤੁਸੀਂ ਕਹਿ ਸਕਦੇ ਹੋ ਵੀ ਮੈਂ ਨਹੀਂ ਬੋਲਣਾ ਜੀ ਜੇ ਸਾਡੇ ਵਾਲੇ ਖਿੱਤੇ ਦੀ ਗੱਲ ਕਰਦੇ ਹਾਂ ਤੁਸੀਂ ਵੀ ਕਲਾਕਾਰ ਹੋ ਸਾਨੂੰ ਵੀ ਲੋਕ ਕਹਿੰਦੇ ਵੀ ਤੁਹਾਡੇ ਕੋਲ ਬੋਲਣ ਦੀ ਮਹਾਰਤ ਆ ਤੁਸੀਂ ਜਾਣਦੇ ਹੋ ਲੋਕਾਂ ਨੂੰ ਪੋਲੀਟੀਕਲ ਚੀਜ਼ ਨੂੰ ਤੁਸੀਂ ਆਪਦੇ ਹਿਸਾਬ ਦੇ ਨਾਲ ਦੇਖਦੇ ਹੋ ਕਲਾ ਨੂੰ ਦੇਖਦੇ ਹੋ ਹਰ ਚੀਜ਼ ਨੂੰ ਦੇਖਦੇ ਹੋ
पत्रकारिता नूं लै के तुसीं की सोचदे हो, खास करके सिद्धू दे मापिआं दे बोल जां उहनां दे पिता जी दे बोल लास्ट दिन, हालांकि उन्हां ने सोशल मीडिया नूं कहा, पर अजकल सोशल मीडिया ते पत्रकारी एक बराबर ही हैगी आ, ते इहदे च कोई मैनूं नहीं लगदा दो रावां होणगीआं, एक बराबर लिया के खड़ी करती वैब प्लेटफॉर्मां ने। ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਚੀਜ਼ ਨੇ ਵੀ ਕਿਤੇ ਨਾ ਕਿਤੇ ਨਿਘਾਰ ਲਿਆ ਤਾ ਆਪਣੇ ਸਮਾਜ ਦੇ ਵਿੱਚ, ਜੇ ਕਲਾਕਾਰਾਂ ਦੇ ਉੱਤੇ ਠੀਕ ਹੈ ਸਾਰੇ ਗਲਤ ਨਹੀਂ ਹੁੰਦੇ, ਸਾਰੇ ਸਹੀ ਨਹੀਂ ਹੁੰਦੇ, ਸਾਡੇ 'ਚ ਵੀ ਬਹੁਤ ਲੋਕ ਆ ਜਿਹੜੇ ਬਹੁਤ ਉੱਚ ਕੋਟੀ ਦਾ ਕੰਮ ਕਰਦੇ ਨੇ, ਤੁਹਾਨੂੰ ਲੱਗਦਾ ਵੀ ਬਹੁਤ ਗਿਣਤੀ ਦੇ ਵਿੱਚ ਥੱਲੇ ਪੱਧਰ ਹੋ ਗਿਆ? ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਖੋ ਆਪਾਂ ਗੱਲ, ਤੁਸੀਂ ਗੱਲ ਕਰਦੇ ਸੀ ਵੀ ਪੱਤਰਕਾਰਤਾ ਇੱਕ ਸੇਵਾ ਦਾ ਜੀ ਕਿੱਤਾ ਹੈ ਨਾ, ਸੇਵਾ ਇਹਦੇ ਮਾਧਿਅਮ ਜ਼ਰੀਏ ਆਪਾਂ ਜਾਗਰੂਕ ਕਰਦੇ ਹਾਂ ਲੋਕਾਂ ਨੂੰ। ਹਰ ਪੇਸ਼ੇ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ, ਮਾੜੇ ਲੋਕ ਵੀ ਹੁੰਦੇ, ਸਾਡੇ ਵਾਲੇ ਪੇਸ਼ੇ 'ਚ ਵੀ ਹੈਗੇ ਆ, ਤੁਹਾਡੇ ਵਾਲੇ 'ਚ ਵੀ ਹੈਗੇ, ਪਰ ਐਂ ਕਿਸੇ ਨੂੰ ਇੰਡੀਵਿਜੁਅਲੀ ਟਾਰਗੇਟ ਨਾ ਕਰੋ ਯਾਰ। ਕਈ ਲੋਕ ਤਾਂ ਪਰਸਨਲ ਉੱਦਾਂ ਹੀ ਖੁੰਦਕ ਰੱਖਣ ਲੱਗ ਜਾਂਦੇ ਆ, ਉਹਨਾਂ ਦਾ ਜਵਾਕ ਜੇ ਖਬਰਾਂ ਸਿੱਧੂ ਨੂੰ ਸੁਣਦਾ ਹੋਵੇ, ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਹੈ ਮੇਰਾ ਜਵਾਕ ਇੰਨੇ ਗਾਣੇ ਸੁਣਦਾ, ਉਹ ਖਿਜਿਆ ਉਈਂ ਮਿਆਨ ਲਾਈ ਜਾਂਦਾ। ਕੋਈ ਏਜੰਡਾ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੇ ਕਹੇ 'ਤੇ ਕਰੋ ਵੀ ਤੈਨੂੰ ਇੰਨੇ ਵਿਊ ਆ ਜਾਣਗੇ, ਫਲਾਣੇ ਸਿੰਗਰ 'ਤੇ ਤਵਾ ਲਾ ਦੇ ਹੱਥ। ਪੱਤਰਕਾਰਤਾ ਦੀ ਜ਼ਿੰਮੇਵਾਰੀ ਉਨੀ ਹੋਈ ਹੈ ਜਿੰਨੀਆਂ ਆਪਾਂ ਗਾਲਾਂ ਸਰਕਾਰ ਨੂੰ ਕੱਢਦੇ ਹਾਂ ਨਾ ਬਾਈ, ਸਿਸਟਮ ਨੂੰ ਕੱਢਦੇ ਹਾਂ, ਪੱਤਰਕਾਰਤਾ ਵੀ ਇੱਕ ਸਿਸਟਮ ਆ, ਇਹਨੂੰ ਵੀ ਸੰਭਲ ਕੇ ਚੱਲਣਾ ਪੈਣਾ। ਜੇ ਇਹੀ ਵਿਕਾਊ ਹੋ ਗਿਆ ਤਾਂ ਕਿੱਧਰ ਜਾਵਾਂਗੇ? ਵਿੱਚੋਂ ਅੱਜ ਚੰਗੇ ਪੱਤਰਕਾਰ ਵੀ ਹੈਗੇ ਨੇ, ਪਤਾ ਲੱਗ ਜਾਂਦਾ ਚੰਗੇ ਪੱਤਰਕਾਰ ਦਾ, ਉਹਦੀ ਅੱਖ ਦੱਸ ਦਿੰਦੀ ਆ, ਉਹਦੇ ਬੋਲਣ ਦਾ ਤਰੀਕਾ ਦੱਸ ਦਿੰਦਾ ਕਿ ਇਹ ਕੋਈ ਏਜੰਡਾ ਲੈ ਕੇ ਨਹੀਂ ਬੋਲ ਰਿਹਾ ਜੀ, ਹੈ ਨਾ। ਚੰਗੇ ਵੀ ਹੈਗੇ ਨੇ, ਐਗਜ਼ਿਸਟ ਕਰਦੇ ਨੇ, ਅੱਜ ਆਪਾਂ ਬੈਠੇ ਮੈਨੂੰ ਤੁਸੀਂ ਵਧੀਆ ਲੱਗਦੇ ਹੋ, ਆਪਾਂ ਤਾਂ ਬੈਠੇ ਹਾਂ, ਹੈ ਨਾ। ਪਰ ਮੈਂ ਇਹੀ ਕਹੂੰਗਾ ਕਿ ਮਿਆਰ ਨੂੰ ਇੰਨਾ ਨਾ ਸਿੱਟੋ। ਅੱਜ ਆਪਾਂ ਜੇ ਸਿੱਧੂ ਦੀ ਗੱਲ ਕਰੀਏ, ਕਿੰਨੀ ਬਾਈ ਭੰਡੀ ਪ੍ਰਚਾਰ ਹੋਇਆ, ਕਿੰਨਾ ਉਹਨੂੰ ਟਿਕਣ ਨਹੀਂ ਦਿੱਤਾ ਵਿਚਾਰੇ ਨੂੰ, ਹੈ ਨਾ। ਅੱਜ ਆਪਾਂ ਆਪਦੇ ਮੂੰਹ ਨਾਲ ਫਿਰ ਕਹਿ ਰਹੇ ਹਾਂ ਵੀ ਉਹ ਲੈਜੈਂਡ ਸੀਗਾ। ਗੱਲ ਉਹ ਕਰਿਆ ਕਰੀਏ ਆਪਾਂ ਜਿਹੜੀ ਗੱਲ ਤੋਂ ਮੁੜ ਕੇ ਫਿਰਨਾ ਨਾ ਪਵੇ ਆਪਾਂ, ਖਾਸ ਕਰਕੇ ਉਹਦੇ ਚਲੇ ਜਾਣ ਤੋਂ ਬਾਅਦ ਵੀ ਕੋਈ ਬਹੁਤ ਹੀ ਵਧੀਆ ਭੂਮਿਕਾ ਨਹੀਂ ਰਹੀ, ਸਾਨੂੰ ਵੀ ਸ਼ਰਮ ਮਹਿਸੂਸ ਆਉਂਦੀ ਹੈ ਇਹ ਗੱਲ 'ਤੇ ਵੀ। ਮੈਂ ਹੈਰਾਨ ਕਦੇ ਕਹਿ ਦੇਣ ਜੀ ਇਹ ਉਹਨਾਂ ਦੇ ਮੰਗੇਤਰ ਦਾ ਘਰ ਹੈ ਜੀ, ਦੇਖੋ ਇਹ ਐਂ, ਯਾਰ ਕੋਈ ਗੱਲਾਂ ਨੇ, ਤੁਸੀਂ ਕਿਸੇ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਆਈਡੈਂਟੀ ਤੁਸੀਂ ਪਬਲਿਕ ਕਰੀ ਜਾਂਦੇ ਹੋ, ਉਹ ਪਹਿਲੇ ਹੀ ਸਦਮੇ 'ਚ ਚੱਕ ਕੇ ਕੈਮਰਾ। ਕੱਲ੍ਹ ਮੈਂ ਭੋਗ 'ਤੇ ਸੀਗਾ ਅਤੇ ਸਵਾਲ ਕਰਨ ਦਾ ਤਰੀਕਾ ਹੁੰਦਾ, ਕਈ ਵਧੀਆ ਸਵਾਲ ਵੀ ਕਰੇ, ਕਈ ਵਾਰ ਤਾਂ ਤੁਹਾਡੇ ਮੂੰਹ 'ਚ ਮਾਈਕ ਆਏ ਵੀ ਮਤਲਬ ਵੀ ਦੱਸ ਦੇ ਕਿਵੇਂ ਫੀਲ ਕਰ ਰਹੇ ਹਾਂ, ਵੀ ਹੁਣ ਮੈਂ ਕੀ ਦੱਸਾਂ ਬਾਈ ਮੈਂ ਕਿਵੇਂ ਫੀਲ ਕਰ, ਇਹ ਤਾਂ ਸਵਾਲ ਹੀ ਨਹੀਂ ਬਣਦਾ। ਬੰਦੇ ਦੇ ਅੱਖਾਂ 'ਚ ਹੰਝੂ ਆ, ਬੰਦਾ ਭੋਗ 'ਤੇ ਆ, ਬੰਦੇ ਨੂੰ ਪੁੱਛ ਲਓ ਕਿਵੇਂ ਮਹਿਸੂਸ ਕਰ ਰਹੇ ਹੋ, ਇਹ ਤਾਂ ਸਭ ਨੂੰ ਪਤਾ ਕਿਵੇਂ ਮਹਿਸੂਸ ਕਰ ਰਹੇ ਹੋ। ਸੋਨੂ ਬਾਜਵਾ ਨਾਲ ਵੀ ਇੱਦਾਂ ਦੀ ਕਲਿੱਪ ਆਈ, ਉਹਨਾਂ ਨੇ ਵੀ ਮਨਾ ਕੀਤਾ ਪਰ ਫਿਰ ਵੀ ਧੱਕੇ ਨਾਲ ਧੱਕੇ ਨਾਲ। ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਬਈ ਯਾਰ ਮਹਿਸੂਸ, ਸਾਡਾ ਅਸੀਂ ਟੱਬਰ ਦਹਿਲਿਆ ਪਿਆ, ਕਹਿਰ ਦੀ ਮੌਤ ਹੋਈ ਆ, ਇਹ ਕੋਈ ਸਵਾਲ ਆ? ਸਵਾਲ 'ਚ ਵਜਨ ਰੱਖੋ, ਕੋਈ ਜਿਹੜਾ ਉੱਥੇ ਕੋਈ ਲੀਡਰ ਆਉਂਦਾ, ਲੀਡਰ ਨਾਲ ਸਵਾਲ ਕਰੋ, ਕੋਈ ਉੱਥੇ ਲੀਡਰ ਪਹੁੰਚ ਕੇ ਰਾਜਨੀਤੀ ਕਰਦਾ ਉਹਨੂੰ ਸਵਾਲ ਕਰੋ, ਉਹਦਾ ਕੋਈ ਮਿੱਤਰ ਪਿਆਰਾ ਮੇਰੇ ਵਰਗਾ ਜਾਂ ਹੋਰ, ਮਾਹੌਲ ਦੇਖ ਲਓ ਵੀ ਯਾਰ ਅਫਸੋਸ ਤੋਂ ਉੱਠੇ ਹਾਂ, ਸੱਥਰ ਤੋਂ ਉੱਠੇ ਹਾਂ, ਘਰ ਨੂੰ ਚੱਲੇ ਹਾਂ, ਅਗਲੇ ਨਾਲ ਮਿਲ ਕੇ ਉਹਦੇ ਤੋਂ ਕੋਈ ਟਾਈਮ ਲੈ ਲਓ ਵੀ ਜੀ ਜਦੋਂ ਤੁਸੀਂ ਗੁੱਡ ਫੀਲ ਕੀਤਾ ਸਾਨੂੰ ਦੱਸ ਦਿਓ, ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ, ਅੱਜ ਆਪਾਂ ਵੀ ਤਾਂ ਕਰ ਹੀ ਰਹੇ ਹਾਂ। ਪਰ ਇਹ ਥੋੜ੍ਹਾ ਨਾ ਵੀ ਕੁਛ, ਮੈਂ ਕਈ ਹਰੇਕ ਕਿੱਤੇ ਦੀ ਗੱਲ ਹੀ ਕਰਦਾ, ਪੋਲੀਟੀਕਲ ਕਿੱਤੇ ਦੀ ਵੀ ਗੱਲ ਕਰਦਾ ਵੀ ਇਹ ਸੱਥਰ ਨੂੰ ਤਾਂ ਬਖਸ਼ ਦਈਏ ਆਪਾਂ, ਸੱਥਰ ਨੂੰ ਤਾਂ ਬਖਸ਼ ਦਈਏ, ਇੱਥੇ ਵੀ ਯਾਰ ਕੀ ਹੋ ਜੂ ਯਾਰ। ਜਿਹੜਾ ਜਵਾਕ ਜਾਣਾ ਸੀ ਨਾ, ਜਿਹੜਾ ਜਵਾਕ ਗਿਆ ਉਹਦੇ ਦਿਲ ਨੂੰ ਚੰਗੀ ਤਰ੍ਹਾਂ ਪਤਾ ਵੀ ਮੇਰਾ ਜਵਾਕ ਗਿਆ, ਘਾਟਾ ਇਹ ਮੇਰਾ। ਅੱਜ ਹੁਣ ਅੰਕਲ ਨੇ ਜਦੋਂ ਸਟੇਜ 'ਤੇ ਬੋਲਿਆ ਕਿੱਡਾ ਵਧੀਆ ਬੋਲਿਆ ਵੀ ਸਰਕਾਰ ਆ, ਸਰਕਾਰ ਨੂੰ ਵੀ ਅਸੀਂ ਟਾਈਮ ਦੇਵਾਂਗੇ ਵੀ ਆਪਦਾ ਸਮਾਂ ਲਓ, ਸਾਡੀ ਜਿੱਥੇ ਲੋੜ ਆ ਦੱਸੋ ਵੀ ਆਪਾਂ ਨੂੰ ਇਨਸਾਫ ਮਿਲੇ, ਕਿਵੇਂ ਕੀਤਾ ਜਾ ਸਕਦਾ, ਸਾਰੀ ਅੱਗੇ ਆਪਾਂ ਪਲੈਨਿੰਗ ਕਰਾਂਗੇ। ਇੱਕ ਜਿਹਦਾ ਪੁੱਤ ਗਿਆ ਉਹ ਸੰਭਲ ਕੇ ਗੱਲ ਕਰ ਰਿਹਾ, ਇੱਕ ਜਿਹੜਾ ਨਾਲ ਉਈਂ ਉੱਦਾਂ ਹੀ ਮਾਹੌਲ ਬਣਾ ਰਿਹਾ ਉਹ ਉਵੇਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਐਂ ਕਰ ਦਿਆਂਗੇ, ਜਦੋਂ ਕਰਨਾ ਹੁੰਦਾ ਕਿਸੇ ਨੇ ਨਹੀਂ ਦਿਸਣਾ ਇੱਥੇ, ਹੈ ਨਾ। ਇਹ ਆਪਾਂ ਨੂੰ ਆਪਣੀ ਬਦਕਿਸਮਤੀ ਰਹੀ ਆ ਕਿ ਕੁਛ ਇੱਦਾਂ ਦੇ ਲੋਕ ਐਗਜ਼ਿਸਟ ਕਰਦੇ ਆ, ਉਹ ਫਿਰ ਆਪਦੇ ਨੰਬਰ ਬਣਾ ਜਾਂਦੇ ਆ, ਆਪਾਂ ਫਿਰ ਉਹਨਾਂ ਮਗਰ ਹੀ ਗੱਡੀਆਂ ਲੈ ਲੈ ਤੁਰੇ ਫਿਰਦੇ ਹਾਂ। ਆਪਾਂ ਨੂੰ ਸਿਆਣੇ ਹੋਣਾ ਪੈਣਾ, ਆਪਦੇ ਲੀਡਰ ਪਰਖ ਕੇ ਚੁਣੋ, ਕਿਸੇ ਦੇ ਮਗਰ ਲੱਗ ਕੇ ਨਾ ਚੁਣੋ। ਹਰ ਇੱਕ ਕਿੱਤੇ ਦੇ ਬੰਦੇ, ਮੈਂ ਵੀ ਉਹਦੇ 'ਚ ਸ਼ਾਮਿਲ ਹਾਂ, ਆਪਦੀ ਆਪਦੀ ਜ਼ਿੰਮੇਵਾਰੀ ਆਪਾਂ ਨਿਭਾਈਏ। ਉਂਗਲਾਂ ਕਰ ਕਰਕੇ ਲੋਕਾਂ ਨੂੰ ਗਾਲਾਂ ਕੱਢ ਕੱਢ ਕੇ ਆਪਾਂ ਇੱਥੋਂ ਤੱਕ ਆ ਗਏ, ਆਪਾਂ ਨਾ ਇਹ ਗੰਦੀ ਸਿਆਸਤ ਕਰੀਏ, ਨਾ ਆਪਾਂ
एक तो ना बई आ जिहड़े आ इंस्टाग्राम लाइक व्यू इन्हें पौड़ा पाया सारा भी उस हिसाब किताब के बंदे मूहरे जाके उस हिसाब किताब की गल करो एक जना कैमरा लैके बई मैं बंदे देखे उत्थे एक जना नाल दिनों इशारा कर रहा कट ला कैमरा मैं नेड़े चलें भी तड़के फोटो पा देंगे अफसोस की फोटो बई कोई पाने वाली फोटो है यार मैंने दस विरलाप करद्या की फोटो पोस्ट करने वाली फोटो है थोड़ी बाई चांस किसी ने फोटो खिंच ली किसी होर बंदे ने खिंच के पाती वो अड्ड गल है भी जिन्हों तुम नहीं जानते उन्हें वैसे खिंच ली उन भी वैसे शर्म आनी चाहिए है जो ऊँ भी कोई खिंचता है रो रहे होंगे ने उत्थे कड के एक जना कैमरा वो जाके अगले दिन पोस्टा मैं हजा हद हो गई ये नहीं करना चाहिए भी मतलब आपको सियाने होना पैना मैं भी नहीं हले इन्ना सियाना आप सारे सियाने होना पैना आप जी मौत है ना सिद्धू मूसेवाले की बहुत कुछ सिखा के गई है बड़िया के कन्न चक के गई है बड़िया के कन्न खोल के गई है बड़िया मत दे के गई है बड़िया दस के गई है भी आप बिहेव किमें करना चाहिए आप गया ना यार उन्होंने वो चंगी गल्ला परिवार सलाह करिए जिंदा वो चंगी यादा वो गल्ला परिवार डिस्कस करिए उन्होंने दर्द वंडाइए उन्होंने हौसला देिए भी बापू जी खड़े हैं कई तो आप दी गल ही छड़ जांदे आ मैं तो हुण तुहानूं की दसां मैं उत्थे सीगा मौजूद सीगा हरख आउंदा सीगा वी यार की मतलब है ना पर मैनूं माण अज बापू जी होणा ते अंकल होणा ते किन्नी मच्योरली उन्हां ने चीज़ नूं टैकल कीता आंटी होणा ने किन्ना मतलब आंटी होणी सदमे च ने हले पर बेचारे सारे कोशिश कर रहे हैं निकल आओ खास करके पगां नूं लैके भी दस्तार सजा के आए हो रुख लगाउण दी गल कीती बहुत महान गल्लां हैगियां जिहदा तां पुत गया जिहनूं इन्ना घाटा पिया वो एड्डी सेणी गल कर रहा है कि रुख लगाओ दस्तार सजा के आओ आपां काल नहीं करनी माहौल नहीं खराब करना सरकार नूं भी टाइम देना गाली गलोच नहीं सोशल मीडिया ते करना ते जिहड़े तीजी थां ते लोक ने वो कैमरे मूहरे रो रो के दू धाहां मर मर दिखा रहे हैं लोगों भी मैं बहुत औखा ਵੀ ਇਹ ਕੀ ਗੱਲ ਹੈ ਵੀ ਥੋੜ੍ਹਾ ਜਿਹਾ ਦੇਖਣਾ ਪੈਣਾ ਜੀ ਅਮਰੀਤ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਅਤੇ ਮੈਂ ਜਾਂਦੇ ਜਾਂਦੇ ਜ਼ਰੂਰ ਚਾਹੂੰਗਾ ਵੀ ਸਿੱਧੂ ਮੂਸੇਵਾਲੇ ਲਈ ਸ਼ੁਭਦੀਪ ਸਿੰਘ ਲਈ ਗਾਣਾ ਜਿਹੜਾ ਤੁਹਾਡਾ ਸੀਗਾ ਵੀ ਮਰਦਾਂ ਦੀ ਛਾਤੀ ਨੂੰ ਨਾ ਉਹ ਜ਼ਰੂਰ ਇੱਕ ਵਾਰੀ ਹੋ ਜੇ ਉਹਦੇ ਲਈ ਆ ਕਿਉਂਕਿ ਜੇ ਮੈਂ ਆਪਦੀ ਪਰਸਨਲ ਗੱਲ ਕਰਾਂ ਮੈਂ ਜ਼ਰੂਰ ਸਾਂਝੀ ਹਾਲਾਂਕਿ ਨਹੀਂ ਕਰਨੀ ਸੀ ਵਾਕਈ ਹੀ ਉਹ ਝੋਟਾ ਬੰਦਾ ਸੀ ਅਤੇ ਵਾਕਈ ਹੀ ਮਰਦ ਸੀ ਉਹ ਗਾਣਿਆਂ 'ਚ ਨਹੀਂ ਸੀ ਉਹ ਵੈਸੇ ਵੀ ਸੀ ਬਿਲਕੁਲ ਹੋਇਆ ਨਹੀਂ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ ਹੋਇਆ ਨਹੀਂ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ ਦੇਖ ਲਈ ਟੈਸਟ ਕਰਾ ਕੇ ਗੈਰਤ ਨਹੀਂ ਹੋਈ ਉਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਹਾਂ ਪੱਗ ਦੀ ਪੂਣੀ ਜੀ ਧੰਨਵਾਦ ਜੀ ਅਤੇ ਉਮੀਦ ਹੈ ਤੁਸੀਂ ਵੀ ਸੱਚ ਲਿਖਦੇ ਰਹੋਗੇ ਆਪਦੀ ਕਲਮ ਧੰਨਵਾਦ ਧੰਨਵਾਦ ਸੋ ਇਹ ਸੀ ਅੰਮ੍ਰਿਤ ਮਾਨ ਉਹ ਨਿਆਣੇ ਵਾਲਾ ਸਿੱਧੂ ਮੂਸੇ ਨਾਲ ਜੋ ਇਹਨਾਂ ਦੀਆਂ ਯਾਦਾਂ ਜੁੜੀਆਂ ਸੀ ਉਹ ਵੀ ਸਾਂਝੀਆਂ ਕੀਤੀਆਂ ਜਾਂ ਸਿੱਧੂ ਕਿਹੋ ਜਿਹਾ ਇਨਸਾਨ ਸੀ ਹਾਲਾਂਕਿ ਉਹ ਸਭ ਨੂੰ ਦੱਸਣ ਦੀ ਲੋੜ ਨਹੀਂ ਪਰ ਸਾਨੂੰ ਲੱਗਿਆ ਵੀ ਅੰਮ੍ਰਿਤ ਨਾਲ ਜ਼ਰੂਰ ਗੱਲਬਾਤ ਹੋਣੀ ਚਾਹੀਦੀ ਹੈ ਅਸੀਂ ਗੱਲਬਾਤ ਕੀਤੀ ਆ ਅਤੇ ਅਸੀਂ ਉਮੀਦ ਵੀ ਕਰਦੇ ਹਾਂ ਵੀ ਇਹ ਵੀ ਆਪਣੀ ਕਲਮ ਦੇ ਵਿੱਚ ਸੱਚ ਲਿਖਦੇ ਰਹਿਣਗੇ ਕਲਮ ਰਾਹੀਂ ਬੋਲਦੇ ਰਹਿਣਗੇ ਅਤੇ ਸਿੱਧੂ ਰਹਿੰਦੀ ਦੁਨੀਆ ਤੱਕ ਸਾਡੇ ਅੰਦਰ ਸਾਡੇ ਖਿੱਤੇ ਦੇ ਵਿੱਚ ਇੱਦਾਂ ਹੀ ਜਿਉਂਦਾ ਰਹੂਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਦੀ ਜਿਹੜੀ ਕਲਮ ਆ ਜਾਂ ਉਹਦੀ ਕਲਮ ਦੁਆਰਾ ਜਿਹੜੇ ਲਿਖੇ ਹੋਏ ਗੀਤ ਆ ਉਹ ਇੱਦਾਂ ਹੀ ਅੰਦਰ ਇੱਕ ਵੱਖਰੀ ਹੀ ਉਮੀਦ ਅਤੇ ਇੱਕ ਵੱਖਰੀ ਹੀ ਕਿਰਨ ਜਗਾਉਂਦੇ ਰਹਿਣਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ